ਫਿਲਮ 'ਚੋਂ ਭੋਲਾ ਨਿਕਲਿਆ, ਫਿਲਮ 'ਚੋਂ ਗਾਂਧੀ ਨਿਕਲਿਆ, ਉਹੀ ਅੱਜ ਪਛਾਣ ਬਣੀ ਹੈ, ਭਾਵੇਂ ਭੋਲੇ ਦੀ ਲਾ ਲਓ ਭਾਵੇਂ ਗਾਂਧੀ ਦੀ ਲਾ ਲਓ। ਅੱਜ ਉਹ ਸਾਡੇ ਤੋਂ ਪੁੱਛ ਰਹੇ ਨੇ ਕਿ ਜਗਜੀਤ ਕਿਉਂ ਨਹੀਂ ਹੈ, ਮੈਨੂੰ ਲੱਗਦਾ ਜਗਜੀਤ ਤੋਂ ਪੁੱਛ ਲੈਣਾ ਚਾਹੀਦਾ ਵੀ ਤੂੰ ਕਿਉਂ ਨਹੀਂ ਹੈ। ਹੁਣ ਜਵਾਬ ਦੇ ਤਾਂ ਦਿੱਤਾ ਬਾਈ ਕਿਉਂ ਨਹੀਂ ਹੈਗਾ, ਦੱਸਤਾ ਹੁਣ ਅਗਲੇ ਨੂੰ ਗੋਦੀ ਚੱਕ ਕੇ ਲਿਆਉਂਦੇ ਅਸੀਂ, ਅਗਲਾ ਨਹੀਂ ਆਇਆ, ਅਗਲਾ ਕਹਿੰਦਾ ਮੈਂ ਜਵਾਬ ਦੇ ਗਿਆ ਨਹੀਂ ਕਰਨੀ। ਤਾਰ ਚੜ੍ਹਾ ਲਾਈਫ 'ਚ ਆਉਂਦੇ ਰਹਿੰਦੇ ਨੇ, ਮੈਂ ਸਾਰਿਆਂ ਨੂੰ ਕਹਿ ਰਿਹਾ ਬਹੁਤ ਭੌਂਕੇ ਬੈਠੇ ਆ ਬਾਹਰ, ਜਿਹੜੇ ਇਹ ਭੌਂਕਦੇ ਆ ਕਿ ਇਹਦਾ ਟਾਈਮ ਗਿਆ, ਇਹਦਾ ਫਲਾਣਾ ਗਿਆ। ਕਹਿੰਦਾ ਸੀ ਬੀਪ ਰੈਕ ਦਾ ਗਾਣਾ ਲਿਆ, ਉਹ ਬੀਪ ਰੈਕ ਨੇ ਜਮ੍ਹਾਂ ਪ੍ਰਮੋਟ ਨਹੀਂ ਕੀਤਾ, ਪੈਸੇ ਲੈ ਗਿਆ ਥੱਬਾ। ਮੈਂ ਸਿੱਧੀ ਗੱਲ ਕਰਦਾ ਇੱਕ ਰੀਲ ਕਈ ਪਾਉਣ ਨੂੰ ਫਾਰਮੈਲਿਟੀ ਜਿਹੜੀ ਪਾ ਤੀ। ਇਹ ਕਹਿਣਾ ਚਾਹੁੰਦਾ ਵੀਰੇ ਇਹ ਦਿਨ ਸਦਾ ਨਹੀਂ ਰਹਿਣੇ, ਤੁਸੀਂ ਤੁਹਾਡਾ ਗਾਣਾ ਤੁਸੀਂ ਗਾਇਆ ਉਹਨੂੰ ਪ੍ਰਮੋਟ ਤਾਂ ਕਰ ਦਿਓ। ਇੱਕ ਫਿਲਮ 'ਚ ਐਕਸ਼ਨ ਹੀਰੋ ਹੋਰ ਹੈਗਾ ਜੇ ਰੰਧਾਵਾ, ਕਦੀ ਇਸ ਚੀਜ਼ ਦੀ ਹਾਵੀ ਕ੍ਰੀਏਟ ਹੋਈ ਆ ਸਿਰ 'ਤੇ ਕਿ ਯਾਰ ਉਸ ਫਿਲਮ 'ਚ ਐਕਸ਼ਨ ਵਧੀਆ ਸੀ, ਮੈਨੂੰ ਵੀ ਹੋਰ ਆਪਣੇ ਆਪ ਨੂੰ ਬਿਲਡ ਕਰਨ ਦੀ ਲੋੜ ਆ। ਨਹੀਂ ਮੈਂ ਕਦੇ ਕੰਪੀਟੀਸ਼ਨ ਮੰਨਿਆ ਹੀ ਨਹੀਂ, ਮੈਨੂੰ ਪਤਾ ਮੇਰੇ 'ਚ ਕੀ ਖੂਬੀਆਂ ਨੇ, ਪਰਮਾਤਮਾ ਨੇ ਕੀ ਕਾਬਲੀਅਤ ਬਖਸ਼ੀ ਆ, ਮੈਨੂੰ ਲੱਗਦਾ ਮੈਂ ਬਣਿਆ ਹੀ ਐਕਸ਼ਨ ਲਈ ਆ। ਪਰ ਮੈਂ ਕਦੇ ਤਾਰਾਂ ਤੂਰਾਂ ਵਾਲਾ ਐਕਸ਼ਨ ਕਰਦਾ ਵੀ ਨਹੀਂ, ਜਿਹੜਾ ਐਕਸ਼ਨ ਸਾਰੇ ਕਰਦੇ ਆ ਮੈਂ ਉਹ ਤੋਂ ਭੱਜਦਾ, ਪਰ ਮੈਂ ਆਪਣਾ ਐਕਸ਼ਨ ਆਪ ਕਰਦਾ। ਜੇ ਮੈਂ ਛਾਲ ਵੀ ਮਾਰਨੀ ਆ ਕੋਠੇ ਤੋਂ ਆਪ ਕਰਦਾ, ਮੈਨੂੰ ਲੱਗਦਾ ਕਿ ਮੈਂ ਐਕਸ਼ਨ ਲਈ ਬਣਿਆ। ਸਭ ਤੋਂ ਵੱਡੀ ਇੰਡਸਟਰੀ ਦੇ ਵਿੱਚ ਸਿਨੇਮਾ ਦੇ ਅੰਦਰ ਕਮੀ ਕਿਸ ਚੀਜ਼ ਦੀ? ਫਿਲਮ ਜਦੋਂ ਚੱਲਦੀ ਹੈ ਤਾਂ ਉਹਦਾ ਸਿਹਰਾ ਸਾਰਿਆਂ ਨੂੰ, ਜਦੋਂ ਫਲੋਪ ਹੁੰਦੀ ਤਾਂ ਸਭ ਤੋਂ ਪਹਿਲਾਂ ਹੀਰੋ ਦਾ ਫੇਸ ਸਾਹਮਣੇ ਆਉਂਦਾ ਕਿ ਯਾਰ ਆਹ ਬੰਦੇ ਦੀ ਫਿਲਮ ਨਹੀਂ ਚੱਲੀ, ਹੈ ਨਾ। ਅਤੇ ਇਹ ਬੰਦਾ ਉਹਦੇ ਪਿੱਛੇ, ਪਰ ਲੋਕਾਂ ਨੂੰ ਰੀਜ਼ਨ ਨਹੀਂ ਪਤਾ ਹੁੰਦੇ ਕਿ ਉਹ ਬੰਦੇ ਨੇ ਤਾਂ ਜ਼ੋਰ ਲਾਇਆ ਸੀ ਕਿ ਚੀਜ਼ ਨੂੰ ਐਂ ਕਰ ਲਓ, ਉਹਦੇ ਪਿੱਛੇ ਡਾਇਰੈਕਟਰ ਨਹੀਂ ਮੰਨਿਆ, ਉਹਦੇ ਪਿੱਛੇ ਪ੍ਰੋਡਿਊਸਰ ਨਹੀਂ ਮੰਨਿਆ, ਜਾਂ ਉਹਦੇ ਪਿੱਛੇ ਫਲਾਣਾ ਬੰਦਾ ਨਹੀਂ ਮੰਨਿਆ, ਹੈ ਨਾ। ਤਾਂ ਕਈ ਚੀਜ਼ਾਂ ਉਵੇਂ ਹੋ ਜਾਂਦੀਆਂ ਨੇ, ਇਕੱਲੇ ਐਕਟਰ ਦਾ ਉਹਦੇ ਵਿੱਚ ਦੋਸ਼ ਨਹੀਂ ਹੁੰਦਾ, ਪਰ ਮੜ ਐਕਟਰ ਦੇ ਸਿਰ 'ਤੇ ਜਾਂਦਾ ਕਿ ਯਾਰ ਉਹ ਫਲਾਣੀ ਦੀਆਂ ਯਾਰ 5 ਫਿਲਮਾਂ ਫਲੋਪ ਹੋ ਗਈਆਂ। ਇਕੱਲਾ ਐਕਟਰ ਨਹੀਂ ਫਿਲਮ ਚਲਾਉਂਦਾ, ਉਹਦੇ ਪਿੱਛੇ ਡਾਇਰੈਕਟਰ ਵੀ ਹੁੰਦਾ, ਉਹਦੇ ਪਿੱਛੇ ਰਾਈਟਰ ਵੀ ਹੁੰਦਾ, ਉਹਦੇ ਪਿੱਛੇ ਸਾਰੇ ਹੁੰਦੇ ਨੇ, ਕੈਮਰਾਮੈਨ ਵੀ ਹੁੰਦਾ। ਹਰ ਇੱਕ ਚੀਜ਼ ਜਦੋਂ ਇੱਕ ਚੰਗੀ ਫਿਲਮ ਬਣਦੀ ਹੈ ਨਾ, ਤਾਂ ਉਹਦੇ ਵਿੱਚ ਸਾਰਿਆਂ ਦਾ ਯੋਗਦਾਨ ਬਰਾਬਰ ਹੁੰਦਾ। ਇਸ ਚੀਜ਼ ਦਾ ਫੇਸ ਵੀ ਕਰਨਾ ਪੈਂਦਾ ਬਾਈ ਤੁਹਾਨੂੰ, ਜਦੋਂ ਤੁਹਾਡੀ ਇੱਕ ਫਿਲਮ ਨਹੀਂ ਚੱਲਦੀ ਹੈਗੀ, ਦੂਜੀ ਫਿਲਮ 'ਚ ਜੋ ਤੁਹਾਡਾ ਪੇ ਰੇਟ ਹੁੰਦਾ ਉਹ ਕਿਤੇ ਨਾ ਕਿਤੇ ਹੋਰ ਜ਼ਿਆਦਾ ਡਾਊਨ ਕਰ ਦਿੱਤਾ ਜਾਂਦਾ, ਤਾਂ ਕਿ ਥੋੜ੍ਹਾ ਜਿਹਾ ਐਕਟਰ ਨੂੰ ਇੱਦਾਂ ਰੀਅਲਾਈਜ਼ ਕਰਾਓ ਕਿ ਬਾਈ ਤੇਰੇ 'ਤੇ 2 ਫਲੋਪ ਚੱਲੀਆਂ ਯਾਰ, ਵੀ ਤੀਜੀ ਤੂੰ ਐਵੇਂ ਕਰ ਲਾ। ਇਹ ਚੱਲਦਾ, ਇਹ ਕਰਾਉਂਦੇ ਆ, ਇਹ ਕਹਿੰਦੇ ਆ ਕਈ ਵਾਰ ਕਿ ਭਾਅ ਜੀ ਆਹ ਫਿਲਮ ਨੇ ਇੱਦਾਂ ਬਿਜ਼ਨਸ ਨਹੀਂ ਕੀਤਾ, ਥੋੜ੍ਹਾ ਜਿਹਾ ਘਟਾ ਲਓ। ਕਈ ਲਿਖ ਵੀ ਦਿੰਦੇ ਆ ਕਿ ਫਿਲਮ ਇੱਕ ਨਹੀਂ ਚੱਲੀ, ਪੈਸੇ ਇੰਨੇ ਮੰਗੀ ਜਾਂਦੇ ਨੇ, ਫਲਾਣਾ ਇਹ ਉਹ। ਤਾਂ ਹੁਣ ਜਿਹੜਾ ਮੈਂ ਸਿਨੇਮਾ ਕਰਨਾ, ਮੈਂ ਬਹੁਤ ਫਿੱਟ ਹੋ ਕੇ ਕਰਨਾ। ਜਿਹੜੀ ਮੇਰੀ ਆਡੀਅੰਸ ਦੀ ਮੇਰੇ ਤੋਂ ਸ਼ਿਕਾਇਤ ਸੀਗੀ ਕਿ ਦੇਵ ਆਪਣੇ ਤਾਂ ਹੁਣ ਮੈਂ 8 ਕਿਲੋ ਵੇਟ ਘਟਾ ਲਿਆ, ਹੁਣ ਮੈਂ ਆਪਣੀ ਬੋਡੀ 'ਤੇ ਕੰਮ ਕਰ ਰਿਹਾ, ਹੁਣ ਮੈਂ ਇਹਨਾਂ ਨੂੰ ਇੱਕ ਨਵਾਂ ਸਰਪ੍ਰਾਈਜ਼ ਦਊਂਗਾ, ਨਵੇਂ ਤਰੀਕੇ ਦਾ ਸਿਨੇਮਾ ਲੱਗ ਜਾਊਗਾ। ਤੁਸੀਂ ਗੱਲ ਕਹੀ ਨਾ, ਮੈਨੂੰ ਐਂ ਸੀਗਾ ਸ਼ਾਇਦ ਕਿਤੇ ਪਰਸਨਲ ਦੇਵ ਬਾਈ ਨੂੰ ਲੱਗ ਜਾਵੇ ਇਹ ਚੀਜ਼। ਬਾਈ ਆਪਾਂ ਵੀ ਸੁਣੀ ਆ, ਸਾਨੂੰ ਕਹਿੰਦੇ ਹੁੰਦੇ ਆ, ਕਹਿੰਦੇ ਵੀ ਦੇਵ ਬਾਈ ਨੂੰ ਆਪਣੀ ਫਿਟਨੈਸ 'ਤੇ ਕੰਮ ਕਰਨ ਦੀ ਲੋੜ ਆ, ਵੀ ਸੁਣਨਾ ਚਾਹੀਦਾ ਸਭ ਦਾ। ਜੇ ਕੋਈ ਬੰਦਾ ਮੈਨੂੰ ਕਹਿ ਰਿਹਾ ਕੁਛ, ਮੈਨੂੰ ਉਹ 'ਤੇ ਗੁੱਸੇ ਨਹੀਂ ਹੋਣਾ ਚਾਹੀਦਾ। ਜੇ ਕਿਸੇ ਬੰਦੇ ਨੇ ਮੈਨੂੰ ਕਹਿਤਾ ਇਹ ਮੋਟਾ ਹੋ ਗਿਆ, ਇਹ ਬਲਕੀ ਹੋ ਗਿਆ, ਉਹ ਹੋ ਗਿਆ, ਮੈਂ ਉਹ ਝੂਠ ਨਹੀਂ ਕਹਿ ਰਿਹਾ ਕਿਉਂਕਿ ਦਿਖਦਾ। ਕਦੀ ਜ਼ਿੰਦਗੀ 'ਚ ਬਾਈ ਬਚਪਨ 'ਚ ਇੱਦਾਂ ਕਦੀ ਲੜਾਈ ਕਲੇਸ਼ ਵਾਲਾ ਪੰਗਾ ਪੁੰਗਾ ਕਿਤੇ ਪਿਆ ਕਿ ਬੁਰੇ ਤਰੀਕੇ ਨਾਲ ਕੁੱਟਿਆ ਹੋਵੇ? ਮੇਰੇ ਤੋਂ ਆਹ ਕੱਟਸ ਦੇਖ ਰਿਹਾ, ਆਹ ਦੇਖਾ ਸਾਰੇ, ਇਹ ਤਲਵਾਰਾਂ ਦੇ ਨਿਸ਼ਾਨ ਨੇ। ਅਸੀਂ ਕਾਲਜ ਲਾਈਫ 'ਚ ਇਹੋ ਜਿਹਾ ਟਾਈਮ ਦੇਖਿਆ ਹੋਇਆ ਕਿਉਂਕਿ ਅਸੀਂ ਸਪੋਰਟਸ ਵਾਲੇ ਸੀਗੇ, ਮੈਂ ਵਿੰਗ 'ਚ ਸੀਗਾ ਸਪੋਰਟਸ ਦੇ, ਵਾਲੀਬਾਲ ਖੇਡਦੇ ਸੀਗੇ ਪਟਿਆਲੇ ਦੇ ਵਿੱਚ, ਜੋ ਕਿਸੇ ਸਟੈਂਡ ਦੀ ਬੋਲੀ ਹੋਣੀ, ਕਿਤੇ ਖੜਕਾ ਦੜਕਾ ਹੋਣਾ, ਸਾਨੂੰ ਸਭ ਤੋਂ ਪਹਿਲਾਂ ਅਸੀਂ ਜਾਂਦੇ ਸੀ, ਯਾਰੀਆਂ ਪਵਾਉਂਦੇ ਸੀ, ਖੜਦੇ ਸੀਗੇ। ਨਜਾਇਜ਼ ਵੀ ਹੋਈਆਂ ਸਾਡੇ, ਅਸੀਂ ਵੀ ਨਜਾਇਜ਼ ਕੀਤੀਆਂ ਸਾਡੇ ਨਾਲ ਵੀ ਹੋਈਆਂ, ਘਿਰ ਵੀ ਗਏ ਕਈ ਵਾਰ, ਕੁੱਟੇ ਵੀ, ਕੁੱਟ ਵੀ ਖਾਧੀ, ਬਹੁਤ ਕੁਛ ਚੱਲਿਆ, ਇਹੋ ਜਿਹਾ ਟਾਈਮ ਵੀ ਆਇਆ ਜਿੱਥੇ ਕਹਿੰਦੇ ਕਹਾਉਂਦੇ ਵੀ ਸਿੱਟੇ। ਇੱਕ ਬਾਈ ਹੋਰ ਚੀਜ਼ ਹੁੰਦੀ ਹੈ ਨਾ, ਕਈ ਵਾਰ ਜ਼ਿੰਮੇਵਾਰੀ ਹੋਰ ਬਾਈ ਵੱਧ ਜਾਂਦੀ ਹੈ, ਕਿਉਂਕਿ ਹੁਣ ਤਾਂ ਮਾਨ ਸਾਹਿਬ ਵੀ ਹੁਣ ਚਲੋ ਆਪਣੇ ਮਿੱਤਰ ਆ। ਮੈਂ ਕਦੇ ਰਿਲੇਸ਼ਨ ਬਣਾਉਣ 'ਚ ਰਿਲੇਸ਼ਨ ਬਣਾਉਣ ਵਾਲਾ ਬੰਦਾ ਹੀ ਨਹੀਂ ਹੈਗਾ, ਮੈਨੂੰ ਤਾਂ ਜੇ ਕੋਈ ਮਿਲ ਗਿਆ ਸਾਹਮਣੇ ਸਤਿ ਸ਼੍ਰੀ ਅਕਾਲ ਬੁਲਾਤੀ, ਹਾਂਜੀ ਮੇਰੇ ਤੋਂ ਚਾਫਲੂਸੀ ਹੁੰਦੀ ਨਹੀਂ ਹੈਗੀ, ਕੋਈ ਵੀ ਹੋਵੇ ਕਿਸੇ ਵੀ ਮੁਕਾਮ 'ਤੇ ਹੋਵੇ, ਮੈਨੂੰ ਕਿਸੇ ਦਾ ਖੌਫ ਥੋੜ੍ਹੀ ਹੈ। ਮੈਂ ਹੁਣ ਬੀਪ ਰੈਕ ਦੀ ਗੱਲ ਕੀਤੀ ਹੈ, ਮੈਂ ਕਹਿ ਰਿਹਾ ਯਾਰ ਜੇ ਮੈਨੂੰ ਕਿਸੇ ਨੇ ਪੈਸੇ ਦਿੱਤੇ ਨੇ, ਮੈਂ ਜਿਹੜੇ ਮਰਜ਼ੀ ਮੁਕਾਮ 'ਤੇ ਹੋਵਾਂ, ਮੈਂ ਜੇ ਉਹ ਬੰਦੇ ਨੇ ਜੋ ਕਮਿਟਮੈਂਟ ਕੀਤੀ ਉਹ 'ਤੇ ਖਰਾ ਨਾ ਉਤਰਾਂ, ਫਿਰ ਤਾਂ ਜਾਂ ਤਾਂ ਤੁਸੀਂ ਪਹਿਲਾਂ ਕਹਿ ਦਿਓ ਭਾਈ ਮੈਂ ਪ੍ਰਮੋਟ ਨਹੀਂ ਕਰੂੰਗਾ, ਮੈਂ ਗਾਊਂਗਾ ਸਿਰਫ, ਇਹ ਕੰਮ ਨਹੀਂ ਕਰੂੰਗਾ। ਇਹ ਤਾਂ ਬਾਈ ਜੀ ਦਿਨ ਨੇ, ਅੱਜ ਚੜ੍ਹਾਈ ਹੈਗੀ, ਕੱਲ੍ਹ ਨੂੰ ਪਰਮਾਤਮਾ ਨੇ ਕੋਈ ਵੀ ਨਹੀਂ ਸਦਾ ਸਟਾਰ ਬਣ ਕੇ ਰਿਹਾ, ਆਉਣਾ ਤਾਂ ਥੱਲੇ ਹੀ ਪੈਂਦਾ। ਔਰ ਮੈਂ ਨਹੀਂ ਕਿਹਾ ਸੀਗਾ ਮੇਰੇ ਪ੍ਰੋਡਿਊਸਰਾਂ ਨੂੰ ਕਿਤੇ ਵੀ ਕਿ ਬਾਈ ਬੀਪ ਰੈਕ ਦਾ ਗਾਣਾ ਲਓ,
ਵੀ ਇਹੀ ਜ਼ਰੂਰੀ ਹੈ ਮੈਨੂੰ ਚਾਹੀਦਾ, ਨਹੀਂ ਇਹ ਸਾਡੇ ਪ੍ਰੋਡਿਊਸਰਾਂ ਦੀ ਉਹ ਸੀਗੀ ਕਿ ਲੈਣਾ। ਮੈਂ ਉਹਨਾਂ ਨੂੰ ਕਿਹਾ ਸੀਗਾ ਵੀਤ ਬਲਜੀਤ ਚੱਲਦਾ ਆਪਣੇ ਨਾਲ, ਆਪਣੀ ਆਡੀਅੰਸ ਦੂਜੀ ਹੈ, ਆਪਣਾ ਤਾਂ ਵੀਤ ਬਲਜੀਤ ਬਾਈ ਵਾਲੇ ਨੇ ਸਾਰੇ, ਸੀਟੀਆਂ ਤਾੜੀਆਂ ਚੀਕਾਂ ਮਾਰਨ ਵਾਲੇ। ਮੈਂ ਕਿਹਾ ਇਹ ਹਿੰਦੀ ਹੁੰਦੀ ਵਾਲੇ ਪਾਸੇ ਠੀਕ ਆ, ਕੰਮ ਨਾ ਲਓ ਤੁਸੀਂ, ਮੰਨੇ ਨਹੀਂ ਹੈਗੇ, ਸਿੱਧੀ ਜੀ ਗੱਲ ਹੈ। ਸਾਡੇ ਤਾਂ ਵੀਰੇ ਦੇਸੀ ਚੱਲਦੇ ਆ ਸਾਰੇ, ਹਿੱਕ ਅਤੇ ਜ਼ੋਰ 'ਤੇ ਗਾਉਣ ਵਾਲੇ ਜਿਹੜੇ ਆ ਫਾੜਦੇ ਆ ਸਪੀਕਰ, ਮੈਨੂੰ ਪਸੰਦ ਲੱਗਦੀ ਜਿਵੇਂ ਜਿਵੇਂ ਨਿੰਜਾ ਬਾਈ ਸਰਾ ਗਾਉਂਦਾ, ਐਮੀ ਬਾਈ ਉਹ ਗਾਉਂਦਾ, ਦੇਖ ਗੁਲਾਬ ਸਿੱਧੂ, ਦੇਖ ਗੁਲਾਬ ਸਿੱਧੂ ਕਿੱਥੇ ਗਾਉਂਦਾ ਹੈ ਨਾ। ਸੋ ਇਹੋ ਜਿਹੇ ਸਾਡੇ ਤਾਂ ਵੀਰੇ ਹਿੰਮਤ ਸੰਧੂ ਦੇਖ ਲਓ, ਪਾੜਦਾ ਪੂਰੇ ਸਪੀਕਰ ਪਾੜਨ ਵਾਲੇ ਕਰ ਦਿੰਦਾ ਹੈ ਨਾ, ਇਹੋ ਜਿਹੇ ਚੱਲਦੇ ਆ ਸਾਡੇ। ਮੈਂ ਕਿਹਾ ਤੁਹਾਡੀ ਮਰਜ਼ੀ ਹੈ, ਹੁਣ ਕਹਿੰਦੇ ਪ੍ਰਮੋਟ ਨਹੀਂ ਕੀਤਾ, ਮੈਂ ਕਿਹਾ ਹੁਣ ਨਹੀਂ ਕੀਤਾ ਫਿਰ ਹੁਣ ਕਰਾ ਲਓ। ਦੇਵ ਖਰੋੜ ਬਾਈ ਉਹ ਹੁਣ ਮੇਰੇ ਨਾਲ ਬੈਠੇ ਨੇ, ਗੱਲਾਂ ਬਾਤਾਂ ਕਰਦੇ ਹਾਂ ਗਾਂਧੀ ਯਾਰਾ ਦਾ ਯਾਰ ਨੂੰ ਲੈ ਕੇ ਅਤੇ ਹੋਰ ਕਾਫੀ ਸਾਰੇ ਦਿਲ ਦੀਆਂ ਗੱਲਾਂ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਠੀਕ ਹੋ? ਬਹੁਤ ਵਧੀਆ ਵੀਰੇ। ਮੈਂ ਜਿਵੇਂ ਮੈਂਸ਼ਨ ਕੀਤਾ ਗਿਆ ਗਾਂਧੀ ਯਾਰਾਂ ਦਾ ਯਾਰ, ਦੇਵ ਨੂੰ ਅੱਜ ਸਾਰੇ ਗਾਂਧੀ ਨਾਂ ਤੋਂ ਜਾਣਦੇ ਆ, ਹੈ ਨਾ, ਵੀ ਕਿਉਂਕਿ ਉਹ ਇੱਕ ਜ਼ਿੰਦਗੀ ਦਾ ਐਸਾ ਮੋੜ ਸੀਗਾ ਤੁਹਾਡੀ ਫਿਲਮ ਵੀ, ਜਿੱਥੋਂ ਇੱਕ ਕਲਾਕਾਰੀ ਦੇ ਖੇਤਰ 'ਚ ਆ ਲੋਕਾਂ ਦੇ ਦਿਲਾਂ 'ਚ ਛਾਪ ਛੱਡੀ ਅਤੇ ਉਦੋਂ ਪਛਾਣ ਬਣੀ। ਦੇਵ ਨੂੰ ਅੱਜ ਦੇਵ ਖਰੋੜ ਵੀ ਕਹਿੰਦੇ ਆ ਪਰ ਗਾਂਧੀ ਜ਼ਿਆਦਾ ਕਹਿੰਦੇ ਆ, ਹੈ ਨਾ। ਦੇਵ ਇਸ ਤੀਜੇ ਪਾਰਟ ਨੂੰ ਲੈ ਕੇ ਕਿੰਨਾ ਕੁ ਆਪ ਮਹਿਸੂਸ ਕਰ ਰਿਹਾ ਵੀ ਪਹਿਲੀਆਂ ਦੂਜੀਆਂ ਜੋ ਫਿਲਮਾਂ ਆਈਆਂ, ਪਹਿਲੇ ਦੂਜੇ ਦੋ ਜੋ ਪਾਰਟ ਆਏ, ਤੀਜੇ ਪਾਰਟ ਨੂੰ ਲੈ ਕੇ ਦੇਵ ਇਸ ਟਾਈਮ ਕਿੰਨਾ ਕੌਨਫੀਡੈਂਟ ਆ? ਬਿਲਕੁਲ, ਕਿਉਂਕਿ ਵੀਰੇ ਇਹ ਫਿਲਮ ਮੈਨੂੰ ਕਦੇ ਆਪਣੀ ਫਿਲਮ ਨਹੀਂ ਲੱਗੀ, ਆਲਵੇਜ਼ ਇਹ ਜਿਹੜੀ ਫਰੈਂਚਾਈਜ਼ੀ ਹੈਗੀ ਹੈ ਗਾਂਧੀ ਵਾਲੀ, ਇਹ ਸਾਰੀ ਮੈਨੂੰ ਆਡੀਅੰਸ ਦੀ ਲੱਗਦੀ ਹੈ ਕਿ ਉਹਨਾਂ ਦੀ ਬਣਾਈ ਹੋਈ ਹੈ। ਉਹਨਾਂ ਨੇ ਸਾਨੂੰ ਜੇ ਪਿਆਰ ਨਾ ਦਿੱਤਾ ਹੁੰਦਾ ਇਸ ਫਿਲਮ ਤੋਂ, ਤਾਂ ਸ਼ਾਇਦ ਅੱਜ ਅਸੀਂ ਇਸ ਮੁਕਾਮ 'ਤੇ ਕੰਮ ਨਾ ਕਰ ਰਹੇ ਹੁੰਦੇ ਅੱਜ, ਹੈ ਨਾ। ਫਿਲਮਾਂ ਕਰ ਰਹੇ ਹਾਂ, ਹੋਰ ਵੀ ਫਿਲਮਾਂ ਮੇਰੀਆਂ ਰਿਲੀਜ਼ ਹੋਣ ਵਾਲੀਆਂ ਨੇ ਅਤੇ ਫਿਰ ਉਹ ਤੋਂ ਬਾਅਦ ਸ਼ੂਟਿੰਗ ਵੀ ਰੇਡੀ ਹੈ, ਤਾਂ ਸਭ ਜਿੰਨੀ ਵੀ ਮੈਂ ਇਕੱਲਾ ਨਹੀਂ ਨਿਕਲਿਆ ਇਸ ਫਿਲਮ ਦੇ ਵਿੱਚੋਂ, ਜਗਜੀਤ ਸੰਧੂ ਨਿਕਲਿਆ, ਧੀਰਜ ਕੁਮਾਰ ਨਿਕਲਿਆ, ਲੱਕੀ ਧਾਲੀਵਾਲ, ਨਵਦੀਪ ਕਲੇਰ, ਸਭ ਨੇ ਲੀਡ ਦੇ ਵਿੱਚ ਫਿਲਮਾਂ ਕੀਤੀਆਂ ਨੇ, ਹੈ ਨਾ, ਕਰ ਰਹੇ ਨੇ, ਤਾਂ ਇਸ ਫਿਲਮ ਦੀ ਦੇਣ ਆ। ਔਰ ਇਹਨੇ ਇੱਕ ਟ੍ਰੈਂਡ ਸੈੱਟ ਕੀਤਾ, ਇੱਕ ਅਲੱਗ ਤਰ੍ਹਾਂ ਦਾ ਸਿਨੇਮੇ ਦੀ ਸ਼ੁਰੂਆਤ ਹੋਈ। ਇਹ ਤੋਂ ਬਾਅਦ ਫਿਰ ਰੁਪਿੰਦਰ ਗਾਂਧੀ 2 ਆਈ, ਫਿਰ ਉਸ ਤੋਂ ਬਾਅਦ ਡਾਕੂਆਂ ਦਾ ਮੁੰਡਾ ਆਈ, ਤਾਂ ਉਹ ਲੋਕਾਂ ਦਾ ਯਕੀਨ ਬਣ ਗਿਆ, ਹੈ ਨਾ। ਥੀਏਟਰ ਵਾਲੇ ਜਿਹੜੇ ਕਲਾਕਾਰ ਸੀ, ਜਿਹੜੇ ਸਾਈਡ ਪਿੱਲਰ ਹੁੰਦੇ ਸੀ, ਉਹ ਲੀਡ ਦੇ ਉੱਤੇ ਆਉਣੇ ਸ਼ੁਰੂ ਹੋ ਗਏ, ਹੋਰ ਬਹੁਤ ਸਾਰੇ ਮੁੰਡਿਆਂ ਨੂੰ ਚਾਂਸ ਮਿਲ ਰਿਹਾ, ਕੰਮ ਕਰ ਰਹੇ ਨੇ, ਨਾਲੇ ਲੋਕਾਂ ਦੇ ਵਿੱਚ ਨਾ ਇੱਕ ਹੌਸਲਾ ਆ ਜਾਂਦਾ। ਅਗਲਾ ਕਹਿੰਦਾ ਯਾਰ ਵੀ ਮੈਂ ਜੇ ਕੋਈ ਨਿਊ ਕਮਰ ਸਟਰਗਲ ਕਰ ਰਿਹਾ ਤਾਂ ਉਹਦੇ ਲਈ ਇਗਜ਼ੈਂਪਲਸ ਸੈੱਟ ਨੇ ਹੁਣ, ਕਿ ਯਾਰ ਦੇਵ ਆਇਆ, ਜਗਜੀਤ ਆਇਆ, ਧੀਰਜ ਆਇਆ, ਲੱਕੀ ਆਇਆ, ਨਵਦੀਪ ਆਇਆ, ਜਾਂ ਹੋਰ ਕਈ ਨਵੇਂ ਚਿਹਰੇ ਆਏ, ਪ੍ਰਿੰਸ ਆਇਆ, ਵੀ ਯਾਰ ਜਦੋਂ ਇਹ ਲੋਕ ਵੀ ਹੁਣ ਆ ਚੁੱਕੇ ਨੇ ਤਾਂ ਮੈਂ ਅਸੀਂ ਕਿਉਂ ਨਹੀਂ ਆ ਸਕਦੇ, ਹੈ ਨਾ। ਤਾਂ ਮੈਨੂੰ ਲੱਗਦਾ ਕਿ ਇਹ ਸਿਨੇਮੇ ਨੇ ਇੱਕ ਨਵੀਂ ਜਾਨ ਪਾਈ, ਨਵੀਂ ਤਰ੍ਹਾਂ ਦਾ ਸਿਨੇਮਾ ਸ਼ੁਰੂ ਹੋਇਆ, ਅਤੇ ਹੁਣ ਗਾਂਧੀ 3 ਆ ਰਹੀ ਆ, ਔਰ ਗਾਂਧੀ 3 'ਤੇ ਬਹੁਤ ਮਿਹਨਤ ਲੱਗੀ ਆ, ਲੋਕ ਬਹੁਤ ਪਿਆਰ ਕਰਦੇ ਨੇ ਇਹਦੇ ਸਾਰੇ ਕਰੈਕਟਰਸ ਨੂੰ, ਅਤੇ ਅਸੀਂ ਮੈਂ ਦੱਸ ਦੇਣਾ ਚਾਹੁੰਦਾ ਕਿ ਤੁਸੀਂ ਅਕਸਰ ਪੁੱਛਦੇ ਹੋ ਕਿ ਯਾਰ ਹੁਣ ਕੀ ਦਿਖਾਓਗੇ, ਗਾਂਧੀ ਤਾਂ ਮਰ ਗਿਆ ਸੀਗਾ, ਉਹ ਤਾਂ ਮਾਰਤਾ ਸੀ ਪਹਿਲੀ ਦੂਜੀ 'ਚ ਖਤਮ ਕਰਤਾ ਸੀ। ਮੈਂ ਇਹ ਦੱਸਣਾ ਚਾਹੁੰਦਾ ਕਿ ਇਨਸਾਨ ਮਰ ਜਾਂਦੇ ਨੇ, ਉਹਨਾਂ ਦੇ ਕਹਾਣੀਆਂ ਕਿੱਸੇ ਕਦੇ ਨਹੀਂ ਮਰਦੇ। ਸੋ ਗਾਂਧੀ ਦੇ ਇੰਨੇ ਕੁ ਕਿੱਸੇ ਸਾਡੇ ਕੋਲ ਪਏ ਨੇ ਕਿ ਅਸੀਂ 4th ਅਤੇ 5th ਫਿਲਮ ਵੀ ਬਣਾ ਸਕਦੇ ਹਾਂ। ਸੋ ਇੰਨੇ ਕੁ ਪਹਿਲਾਂ, ਕਿਉਂਕਿ ਫਿਲਮ ਜਿਹੜੀ ਸੀਗੀ ਉਹਦੀ ਲੈਂਥ ਵੱਧ ਗਈ ਸੀ, ਅਸੀਂ ਕੁਛ ਚੀਜ਼ਾਂ ਸਕਿੱਪ ਕਰਤੀਆਂ ਸੀਗੀਆਂ, ਤਾਂ ਹੁਣ ਉਹ ਅਸੀਂ ਇਹਦੇ ਵੀ ਫਿਲਮ ਦੇ ਵਿੱਚ ਰੱਖੀਆਂ ਨੇ। ਫਿਕਸ਼ਨਲ ਵੀ ਕੀਤੀ ਹੈ ਫਿਲਮ, ਇਹ ਨਹੀਂ ਹੈ ਕਿ ਪੂਰੀ ਉਹ ਹੈ, ਕਰਨਾ ਪੈਂਦਾ ਤੁਹਾਨੂੰ ਇੰਟਰਟੇਨਮੈਂਟ ਲਈ ਲੋਕਾਂ ਲਈ, ਉਹ ਥੋੜ੍ਹਾ ਮਸਾਲਾ ਐਡ ਕਰਨਾ ਪੈਂਦਾ, ਪਰ ਫਿਲਮ ਦੇ ਵਿੱਚ ਰੀਅਲ ਚੀਜ਼ਾਂ ਨੇ, ਤੁਹਾਨੂੰ ਉਹੀ ਗਾਂਧੀ ਮਿਲੂਗਾ, ਉਹੀ ਸਾਰਾ ਕੁਛ ਮਿਲੂਗਾ। ਸੋ ਇੱਕ ਇਹੋ ਜਿਹਾ ਇਨਸਾਨ ਜਿਹਨੇ ਆਪਣੀ ਕਦੇ ਕੋਈ ਲੜਾਈ ਲੜੀ ਨਹੀਂ, ਜਿਹੜਾ ਲੋਕਾਂ ਲਈ ਖੜਦਾ ਸੀਗਾ, ਕਿੰਨੇ ਕੁ ਬੰਦੇ ਹੁੰਦੇ ਆ ਅਜੇ, ਕਿੰਨੇ ਕੁ ਇਨਸਾਨ ਹੁੰਦੇ ਆ, ਲੋਕ ਕਈ ਕੋਈ ਬੇਸ਼ੱਕ ਕੁਛ ਵੀ ਬੋਲੇ, ਕੁਛ ਵੀ ਕਰੇ, ਹਰ ਬੰਦਾ ਆਪਣੇ ਆਪ 'ਚ ਯੋਧਾ ਹੈ। ਸਿਰਫ ਯੋਧਾ ਉਹ ਬੰਦਾ ਨਹੀਂ ਹੁੰਦਾ ਜਿਹੜਾ ਸਮਾਜ ਲਈ ਜਾਂ ਜਿਹਦਾ ਨਾਮ ਵੱਡਾ ਹੋ ਗਿਆ ਜਾਂ ਜਿਹਨੇ ਚੱਕ ਲਿਆ ਵੀ ਯਾਰ ਇਹ ਕਿਹੜਾ ਫਲਾਣਾ ਬੰਦਾ, ਉਹਦੇ 'ਚ
ਕਈ ਇਹੋ ਜਿਹੀਆਂ ਛੁਪੀਆਂ ਹੋਈਆਂ ਲੁਕੀਆਂ ਹੋਈਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ, ਉਹਦੀਆਂ ਅਛਾਈਆਂ, ਹੈ ਨਾ, ਉਹਦਾ ਦੂਜਿਆਂ ਲਈ ਖੜ੍ਹਨਾ, ਆਪਣੀ ਜਾਨ ਤਲੀ 'ਤੇ ਧਰ ਕੇ ਕਿਸੇ ਲਈ ਖੜ੍ਹ ਜਾਣਾ, ਲੜ ਜਾਣਾ, ਇਹ ਵੀ ਕਿਸੇ ਯੋਧੇ ਤੋਂ ਘੱਟ ਨਹੀਂ ਹੁੰਦੇ ਇਹੋ ਜਿਹੇ ਇਨਸਾਨ। ਭੋਲਾ ਕਰੈਕਟਰ ਉਂਝ ਤੱਕ ਦਿਮਾਗ 'ਚ ਆਉਣਾ ਨਹੀਂ ਸੀਗਾ, ਫਿਲਮ 'ਚੋਂ ਹੀ ਆਇਆ, ਫਿਲਮ 'ਚੋਂ ਭੋਲਾ ਨਿਕਲਿਆ, ਫਿਲਮ 'ਚੋਂ ਗਾਂਧੀ ਨਿਕਲਿਆ, ਉਹੀ ਅੱਜ ਪਛਾਣ ਬਣੀ ਆ, ਭਾਵੇਂ ਭੋਲੇ ਦੀ ਲਾ ਲਓ ਭਾਵੇਂ ਗਾਂਧੀ ਦੀ ਲਾ ਲਓ। ਜਗਜੀਤ ਨੇ ਹੁਣੇ ਪਿੱਛੇ ਫਿਲਮ ਕੀਤੀ ਹੋਈ ਭੋਲੇ ਹੋਏ, ਤਾਂ ਜਿਹੜਾ ਇਹ ਭੋਲਾ ਟਾਈਟਲ ਸੀਗਾ, ਇਹ ਭੋਲੇ ਨਾਮ ਨੂੰ ਕਰਕੇ ਉਹਨੇ ਆਪਣੀ, ਚਲੋ ਜੋ ਉਹਦੀ ਅਦਾਕਾਰੀ ਸੀਗੀ ਉਹਨੇ ਬਹੁਤ ਬਖੂਬੀ ਨਿਭਾਈ, ਬਹੁਤ ਸੋਹਣੀ ਫਿਲਮ ਸੀਗੀ ਬਾਈ ਹੋਈ ਭੋਲੇ ਹੋਏ, ਉਹ ਇਕੱਲੀ ਫਿਲਮ ਨੇ, ਪੰਜਾਬ 'ਚ ਕ੍ਰਾਈਸਿਸ ਚੱਲ ਰਹੇ ਸੀਗੇ, ਸਮਾਂ ਨਹੀਂ ਸਹੀ ਸੀਗਾ, ਪਰ ਉਹ ਫਿਲਮ ਦਾ ਸਬਜੈਕਟ ਵਧੀਆ ਸੀਗਾ, ਉਹ ਫਿਲਮ ਨੇ ਬਹੁਤ ਸੋਹਣਾ ਵਰਕ ਕੀਤਾ, ਉਹ ਫਿਲਮ ਉੱਥੇ ਜਗਜੀਤ ਦੀ ਚੰਗੀ ਹਾਈਪ ਬਣੀ ਕਿ ਉਹ ਭੋਲੇ ਹੋਏ ਕਿ ਭੋਲਾ ਕਰੈਕਟਰ ਹੀ ਐਡਾ ਵੱਡਾ, ਉਹਦੇ ਟਾਈਟਲ ਨੇ ਉਹਨੂੰ ਬਹੁਤ ਹੈਲਪ ਕੀਤੀ ਫਿਲਮ ਨੂੰ, ਤੁਹਾਨੂੰ ਲੱਗਦਾ? ਮੈਨੂੰ ਲੱਗਦਾ, ਮੈਂ ਬਿਲਕੁਲ ਕਹਿ ਰਿਹਾ ਉਹ ਫਿਲਮ ਦਾ ਟਾਈਟਲ ਹੋਰ ਹੁੰਦਾ ਨਹੀਂ ਇੰਨਾ ਕੰਮ ਕਰਨੀ ਸੀ, ਇਹ 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 ਤੁਹਾਡੇ ਸਾਹਮਣੇ ਵੀ ਆਊਗੀ ਗੱਲ, ਇਹ ਤੁਹਾਡੇ ਸਾਹਮਣੇ ਉਹ ਫਿਲਮ ਦਾ ਟਾਈਟਲ ਬਹੁਤ ਵੱਡਾ ਹੈ ਯਾਰ, ਗਾਂਧੀ ਬਹੁਤ ਵੱਡਾ, ਲੋਕ ਪਿਆਰ ਹੀ ਇੰਨਾ ਕਰਦੇ ਨੇ ਇੰਨਾ ਕਰੈਕਟਰ। ਮੈਨੂੰ ਲੱਗ ਰਿਹਾ ਕਿ ਜੇ ਉਹਨੇ ਫਿਲਮ ਕੀਤੀ ਉਹਨੂੰ ਫਿਰ ਇਹ ਨਹੀਂ ਸੋਚਣਾ ਚਾਹੀਦਾ ਸੀਗਾ ਕਿ ਇਹਦੇ 'ਚ ਉਹਦਾ ਕਰੈਕਟਰ ਭਾਵੇਂ ਜੋ ਮਰਜ਼ੀ, ਜਗਜੀਤ ਦਾ ਛੋਟਾ ਨਹੀਂ ਹੋਇਆ, ਜਗਜੀਤ ਨੂੰ ਮੈਂ ਇੱਕ ਐਕਟਰ ਦੇ ਤੌਰ 'ਤੇ ਬਹੁਤ ਐਪਰੀਸ਼ੀਏਟ ਕਰਦਾ, ਚੰਗਾ ਐਕਟਰ ਹੈ, ਥੀਏਟਰ ਦਾ ਨਿਕਲਿਆ, ਥੀਏਟਰ ਦੇ ਸਾਰੇ ਜਿੰਨੇ ਵੀ ਮੁੰਡੇ ਨਿਕਲਦੇ ਸਾਰੇ, ਧੀਰਜ ਬਹੁਤ ਪਿਆਰਾ ਇਨਸਾਨ ਆ, ਬਹੁਤ ਮੈਂ ਉਹਦੇ ਨਾਲ ਫਿਲਮ ਕੀਤੀ ਆ, ਹੁਣ ਧੀਰਜ ਨਾਲ ਮਜਾਇਲ ਫਿਲਮ ਕੀਤੀ ਆ ਅਸੀਂ, ਬਹੁਤ ਬੀਬਾ, ਬਹੁਤ ਪਿਆਰਾ, ਆਲਵੇਜ਼ ਉਹ ਮੈਸੇਜ ਕਰਦਾ, ਬਹੁਤ ਚੰਗਾ ਲੱਗਦਾ, ਹੈ ਨਾ, ਰੂਹਦਾਰੀ ਵਾਲਾ ਬੰਦਾ ਹੈ। ਸੋ ਮੈਂ ਇਹੀ ਕਹੂੰਗਾ ਕਿ ਯਾਰ ਜੇ ਤੁਹਾਡੀ ਆਡੀਅੰਸ, ਮੈਂ ਗਾਂਧੀ, ਮੈਨੂੰ ਉਨੇ ਪੈਸੇ ਨਹੀਂ ਮਿਲਦੇ ਜਿੰਨੇ ਮੈਂ ਬਾਹਰੋਂ ਲੈਣਾ ਗਾਂਧੀ ਲਈ, ਪਰ ਇਹ ਗਾਂਧੀ ਕਰੈਕਟਰ ਮੇਰੇ ਲੋਕਾਂ ਨੇ ਮੇਰੀ ਪਛਾਣ ਦਿੱਤੀ ਹੈ, ਮੈਨੂੰ ਇੰਡਸਟਰੀ 'ਚ ਖੜ੍ਹਾ ਕੀਤਾ ਇਸ ਕਰੈਕਟਰ ਨੇ ਬਾਈ। ਆਪਾਂ ਦੇਖਦੇ ਹਾਂ, ਹਾਂ, ਮੈਂ ਤੁਹਾਡੀ ਗੱਲ ਸੋਰੀ ਇੰਟਰਪਟ ਕਰ ਰਿਹਾ, ਆਪਾਂ ਦੇਖਦੇ ਹਾਂ ਕਿ ਚਲੋ ਜਿਹੜੇ ਵੱਡੇ ਸਿਨੇਮਾਜ਼ ਹੁੰਦੇ ਨੇ, ਲਾਈਕ ਜਿਹੜੇ ਹਿੰਦੀ ਸਿਨੇਮਾਜ਼ ਹੁੰਦੇ ਨੇ, ਉਹਦੇ 'ਚ ਵੀ ਲੋਕ ਪਿਆਰ ਰੱਖਦੇ ਨੇ, ਕੈਮਿਓ ਕਰਦੇ ਨੇ, ਸਰਪ੍ਰਾਈਜ਼ਿੰਗ ਕਰੈਕਟਰ ਕਰਦੇ ਨੇ, ਤਾਂ ਕਿ ਫਿਲਮ ਨੂੰ ਸਹਾਰਾ ਮਿਲਦਾ। ਦੂਜੀ ਗੱਲ ਇਹ, ਨਾਲੇ ਇੱਕ ਤੁਹਾਡਾ ਰਿਲੇਸ਼ਨਸ਼ਿਪ ਦਿਖਦਾ ਹੈ ਕਿ ਯਾਰ ਤੁਸੀਂ ਪਸੰਦ ਕੀਤਾ ਇੱਕ ਦੂਜੇ ਨੂੰ, ਤੁਸੀਂ ਇੱਕ ਦੂਜੇ ਨੂੰ ਸਪੋਰਟ ਕਰਦੇ ਹੋ। ਜਦੋਂ ਕਿਸ਼ਨਾ ਅਤੇ ਜਿਉਣ, ਜਦੋਂ ਮੌੜ ਆਫਰ ਹੋਈ ਸੀਗੀ, ਦੈਟ ਟਾਈਮ ਕਿਸ਼ਨੇ ਦਾ ਕਰੈਕਟਰ ਮੈਨੂੰ ਇੰਨਾ ਵਧੀਆ ਲੱਗਿਆ ਕਿ ਮੈਂ ਪੈਸਿਆਂ ਲਈ ਅੜਿਆ ਹੀ ਨਹੀਂ, ਮੈਨੂੰ ਲੱਗਿਆ ਯਾਰ ਕਿਆ ਕਰੈਕਟਰ ਮੈਨੂੰ ਕਰਨਾ, ਉਹਨੇ ਕਿੰਨਾ ਐਪਰੀਸ਼ੀਏਟ ਕੀਤਾ ਦੇਵ ਨੂੰ, ਕਿੰਨਾ ਪਿਆਰ ਦਵਾਇਆ, ਕਿੰਨਾ ਮਾਣ ਮਿਲਿਆ, ਇੱਕ ਨਵੀਂ ਆਡੀਅੰਸ 'ਚ ਐਂਟਰ ਕਰ ਗਿਆ। ਪੈਸੇ ਚੱਲਦੇ ਰਹਿਣਗੇ ਜ਼ਿੰਦਗੀ 'ਚ, ਕਿਤੋਂ ਵੱਧ ਕਿਤੋਂ ਘੱਟ ਆਉਂਦੇ ਰਹਿਣੇ ਆ, ਇਹ ਕਦੇ ਰੁਕਣੇ ਨਹੀਂ ਹੈਗੇ। ਹੁਣ ਮੈਨੂੰ ਲੱਗਦਾ ਯਾਰ ਪੈਸੇ ਰੀਜ਼ਨ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਉਹ ਕਰਦੇ, ਕੋਈ ਚੰਗਾ ਕਰੈਕਟਰ ਤੁਹਾਡੀ ਰੂਹ ਨੂੰ ਲੱਗਦਾ ਤੁਹਾਨੂੰ ਕਰਨਾ ਚਾਹੀਦਾ, ਔਰ ਜਿਹੜੇ ਕਰੈਕਟਰ ਨੇ ਤੁਹਾਨੂੰ ਪਛਾਣ ਦਵਾਈ ਹੈ ਇੰਡਸਟਰੀ 'ਚ, ਜਾਣੇ ਜਾਂਦੇ ਹੋ, ਉਹ ਕਰੈਕਟਰ ਤੁਹਾਨੂੰ ਛੱਡਣੇ ਨਹੀਂ ਚਾਹੀਦੇ। ਉਹ ਮੈਂ ਫਿਰ ਕਹਿ ਰਿਹਾ ਕਿ ਲੋਕਾਂ ਲਈ, ਆਪਣੇ ਚਾਹੁਣ ਵਾਲਿਆਂ ਲਈ, ਅੱਜ ਉਹ ਸਾਡੇ ਤੋਂ ਪੁੱਛ ਰਹੇ ਨੇ ਕਿ ਜਗਜੀਤ ਕਿਉਂ ਨਹੀਂ ਹੈ, ਮੈਨੂੰ ਲੱਗਦਾ ਜਗਜੀਤ ਤੋਂ ਪੁੱਛ ਲੈਣਾ ਚਾਹੀਦਾ ਵੀ ਤੂੰ ਕਿਉਂ ਨਹੀਂ ਹੈ। ਅਸੀਂ ਰੀਜ਼ਨ ਵੀ ਦੇਈ ਜਾਂਦੇ ਹਾਂ ਵੀ ਆਹ ਰੀਜ਼ਨ ਆ ਭਾਈ, ਫਿਰ ਥੱਲੇ ਆ ਬਾਰ ਬਾਰ ਮੀਨ ਮੇਕ ਕਰੀ ਜਾਣੀ, ਕਮੈਂਟ ਕਰੀ ਜਾਣੀ, ਮੈਨੂੰ ਲੱਗਦਾ ਕੋਈ ਸੋਚੀ ਸਮਝੀ ਜੀ ਗੱਲ ਲੱਗਦੀ ਆ ਵੀ ਦੱਬੀ ਰੱਖੋ ਕੰਮ ਨੂੰ, ਇਹਨੂੰ ਦੱਬੀ ਰੱਖੋ, ਇਹਨੂੰ ਵੀ ਹੈ ਨਹੀਂ, ਕੰਟਰੋਵਰਸੀ ਜੀ ਕ੍ਰੀਏਟ ਕਰੀ ਜਾਂਦੇ ਨੇ। ਹੁਣ ਜਵਾਬ ਦੇ ਤਾਂ ਦਿੱਤਾ ਬਾਈ ਕਿਉਂ ਨਹੀਂ ਹੈਗਾ, ਦੱਸਤਾ ਹੁਣ ਅਗਲੇ ਨੂੰ ਗੋਦੀ ਚੱਕ ਕੇ ਲਿਆਉਂਦੇ ਅਸੀਂ, ਅਗਲਾ ਨਹੀਂ ਆਇਆ, ਅਗਲਾ ਕਹਿੰਦਾ ਮੈਂ ਜਵਾਬ ਦੇ ਗਿਆ ਨਹੀਂ ਕਰਨੀ, ਅਗਲੇ ਨੇ ਆਪਣੀ ਕਰ ਲਈ ਉਸੇ ਟਾਈਟਲ ਥੱਲੇ, ਜਾਂ ਦਿਮਾਗ 'ਚ ਹੋਊਗਾ ਬੰਦੇ ਦੇ ਵੀ ਮੈਂ ਤਾਂ ਆਪਣੀ ਕਰਨੀ ਹੈ। ਹਰ ਬੰਦੇ ਨੇ ਅੱਗੇ ਵਧਣਾ, ਹਰ ਬੰਦੇ ਨੇ ਸੋਚਣਾ ਕਿ ਮੈਂ ਅੱਗੇ ਵਧਣ ਦਾ ਤਰੀਕਾ ਕੀ ਹੋ ਸਕਦਾ। ਔਰ ਜਗਜੀਤ ਨੂੰ ਲੱਗਿਆ ਉਹ ਸਫਲ ਹੋਇਆ ਉਹ ਚੀਜ਼ ਦੇ ਵਿੱਚ, ਠੀਕ ਆ, ਪਰ ਮੈਂ ਸਾਰਿਆਂ ਨੂੰ ਕਹਿੰਦਾ ਕਿ ਬਾਰ 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 ਉਹੀ ਗੱਲ ਕਰਨੀ, ਉਹਦਾ ਕੋਈ ਸਵਾਦ ਨਹੀਂ ਹੈ। ਐਂਡ ਦੇਵ ਬਾਈ, ਇਸ ਫਿਲਮ 'ਚ ਜਦੋਂ ਮੈਂ ਟ੍ਰੇਲਰ ਦੇਖਦਾ ਨਾ, ਸ਼ੁਰੂਆਤੀ ਦੌਰ 'ਚ ਰਿਸ਼ਤੇ ਦੀ ਗੱਲ ਕੀਤੀ ਆ, ਦੇਵ ਦੇ ਆਪਦੀ ਜ਼ਿੰਦਗੀ 'ਚ ਰਿਸ਼ਤੇ ਕਿੰਨੇ ਕੁ ਮਜ਼ਬੂਤ ਰਹੇ ਆ, ਯਾਰੀ ਦੋਸਤੀ ਪੱਖੋਂ ਵੀ ਐਂਡ ਪਰਿਵਾਰ ਪੱਖੋਂ ਵੀ? ਮੈਂ ਤਾਂ ਯਾਰ ਅਸੀਂ ਤਾਂ ਖੜ੍ਹਨ ਵਾਲੇ ਬੰਦੇ ਹਾਂ ਰਿਸ਼ਤਿਆਂ 'ਚ, ਸਾਨੂੰ ਤਾਂ, ਮੈਂ ਕਦੇ ਇਹ ਨਹੀਂ ਹੈਗਾ ਕਿ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਰਿਕਮੈਂਡ ਕਰਦਾ ਜਾਂ ਮੈਂ ਲੱਕੀ ਧਾਲੀ ਵਾਲ ਨੂੰ ਹੀ ਲੈ ਆਉਂਦਾ, ਮੈਨੂੰ ਤਾਂ ਕੋਈ ਨਵਾਂ ਐਕਟਰ ਵੀ ਮਿਲ ਜਾਂਦਾ ਵਧੀਆ ਲੱਗਦਾ, ਮੈਂ ਆਲਵੇਜ਼ ਕਹਿਣਾ ਕਿ ਯਾਰ ਇਹਨੂੰ ਲੈ ਕੇ ਆਓ, ਕਿਉਂਕਿ ਜਿੰਨੇ ਨਵੇਂ ਚਿਹਰੇ ਆਉਣਗੇ ਉਨੀ ਫਰੈਸ਼ਨੈਸ ਆਊਗੀ ਸਿਨੇਮੇ ਦੇ ਵਿੱਚ। ਸਾਡੀ ਕਿਸੇ ਨੇ ਬਾਹ ਨਹੀਂ ਸੀ ਫੜੀ, ਸਾਨੂੰ ਕੋਈ ਫੜ ਕੇ ਨਹੀਂ ਲੈ ਕੇ ਆਇਆ ਇੱਥੇ ਤੱਕ, ਅਸੀਂ ਪਤਾ ਹੈ ਕਿਵੇਂ ਕਿਸ ਕਿਸ ਕੇ ਇੱਥੇ ਤੱਕ ਪਹੁੰਚੇ ਹਾਂ। ਮੈਨੂੰ ਰਿਲੇਸ਼ਨ ਨਹੀਂ ਜ਼ਿਆਦਾ ਬਿਲਡ ਕਰਨੇ ਆਉਂਦੇ ਲੋਕਾਂ ਨਾਲ, ਵੀ ਮੈਂ ਬਹਿ ਜਾਂ ਮਹਿਫਲਾਂ 'ਚ ਜਾ ਕੇ, ਮੈਂ ਆਉਂਦਾ ਨਹੀਂ ਜ਼ਿਆਦਾ ਕਿ ਮੈਂ ਜਾ ਕੇ ਕਰਾਂ ਹਾਂਜੀ ਭਾਅ ਜੀ ਬਹੁਤ ਵਧੀਆ ਜੀ, ਭਾਅ ਜੀ ਬੱਲੇ ਬੱਲੇ, ਭਾਅ ਜੀ ਤੁਹਾਡੇ ਨਾਲ ਤੁਹਾਡੀ ਤਾਰੀਫ ਕਰਾਂ,
ਹੈ ਨਾ, ਚਾਹੇ ਬੰਦਾ ਧੇਲੇ ਦਾ ਨਾ ਹੋਵੇ, ਨਲਾਇਕ ਹੋਵੇ, ਉਹਨੂੰ ਵੀ ਕਹੀ ਜਾਵਾਂ ਬਹੁਤ ਘੈਂਟ ਹੈ ਜੀ, ਬਹੁਤ ਘੈਂਟ ਹੈ, ਹੈ ਨਾ। ਸੋ ਉਹ ਕੰਮ ਮੇਰੇ ਤੋਂ ਹੁੰਦਾ ਨਹੀਂ ਹੈਗਾ। ਮੈਂ ਤਾਂ ਮੈਂ ਜ਼ਿਆਦਾ ਨਹੀਂ, ਮੈਂ ਆਪਣੇ ਟੈਲੈਂਟ ਨਾਲ ਜਾਂ ਆਪਣੇ ਕੰਮ ਨਾਲ ਲੋਕ ਪਿਆਰ ਨਾਲ ਆਉਂਦੇ ਨੇ, ਹਰ ਬੰਦੇ ਦੀ ਰਿਸਪੈਕਟ ਕਰੀਦੀ ਆ। ਕਦੇ ਸੈੱਟ 'ਤੇ ਕੋਈ ਨਖਰਾ ਨਹੀਂ, ਕੁਛ ਨਹੀਂ, ਪਿਆਰ ਕਰਦੇ ਆ। ਲੋਕਾਂ ਨੂੰ ਪਤਾ ਕਿ ਦੇਵ ਕੰਮ ਵੀ ਆਪਣਾ ਟਾਈਮ 'ਤੇ ਕਰਦਾ, ਨਖਰਾ ਵੀ ਕੋਈ ਨਹੀਂ ਹੈ। ਜੇ ਜਿਹੜੀ ਚੀਜ਼ ਦੀ ਕਮਿਟਮੈਂਟ ਹੋਊਗੀ ਉਹ 'ਤੇ ਖੜ੍ਹਦਾ, ਉਹ 'ਤੇ ਖਰਾ ਉਤਰਦਾ। ਸੋ ਕੰਮ ਕਰਦੇ ਆ, ਆਡੀਅੰਸ ਮੰਗਦੀ ਹੈ, ਪਿਆਰ ਦਿੰਦੀ ਆ ਆਡੀਅੰਸ, ਕੰਮ ਮੰਗਦੀ ਆ, ਉਹੋ ਜਿਹਾ ਕੰਮ ਦੇਈਦਾ, ਉੱਦਾਂ ਦਾ ਸਿਨੇਮਾ ਲੈ ਕੇ ਆਈਦਾ। ਦੇਵ ਖਰੋੜ ਨੂੰ ਸਟਰਗਲ ਕਰਦਿਆਂ ਬਹੁਤ ਸਮਾਂ ਹੋ ਗਿਆ ਇੰਡਸਟਰੀ 'ਚ। ਗਾਂਧੀ ਹੋ ਗਈ, ਕਾਕਾ ਜੀ ਹੋ ਗਈ, ਡਾਕੂਆਂ ਦਾ ਮੁੰਡਾ ਹੋ ਗਈ, ਹੈ ਨਾ। ਹਰ ਫਿਲਮ 'ਚ ਦੇਵ ਦਾ ਐਕਸ਼ਨ ਦੇਖਣ ਨੂੰ ਹੁੰਦਾ, ਹਰ ਫਿਲਮ 'ਚ ਦੇਵ ਸਾਨੂੰ ਇਹ ਰੀਅਲਾਈਜ਼ ਕਰਾਉਂਦਾ, ਜਾਂ ਅਸੀਂ ਇਹ ਮੰਨਦੇ ਹਾਂ ਕਿ ਹਾਂ ਵੀ ਪੰਜਾਬ 'ਚ ਇੱਕ ਐਕਸ਼ਨ ਹੀਰੋ ਹੁੰਦਾ ਮੁੰਡਾ ਹੈਗਾ ਆ ਸਾਡੇ ਕੋਲ, ਵੀ ਦੇਵ ਖਰੋੜ। ਕੰਪੈਰੀਜ਼ਨ ਤੋਂ ਕੱਟੂ, ਇੱਕ ਫਿਲਮ 'ਚ ਐਕਸ਼ਨ ਹੀਰੋ ਹੋਰ ਹੈਗਾ ਜੇ ਰੰਧਾਵਾ, ਜਿਹਨੇ ਹੁਣੇ ਫਿਲਮਾਂ, ਉਹਨੇ ਦੋ ਮੈਡਲ ਹੋ ਗਈ, ਚੋਬਰ ਹੋ ਗਈ, ਜਾਂ ਹੁਣੇ ਜੇ ਜੱਟ ਵਿਗੜ ਗਿਆ, ਉਹਦੇ ਵਿੱਚ ਵੀ ਸੋਹਣਾ ਐਕਸ਼ਨ ਆ। ਜਦੋਂ ਬਈ ਅਸੀਂ ਸਿਨੇਮਾ ਕਰਦੇ ਹਾਂ, ਬੀਂਗ ਅ ਕੋਮੇਡੀਅਨ, ਆਪਣੇ ਇੱਥੇ ਪੰਜਾਬ 'ਚ ਮੰਨੇ ਮਨਾਏ ਪੰਜ ਆ, ਹੋਰ ਬਹੁਤ ਸਾਰੇ ਕੋਮੇਡੀ ਕਰਦਾ, ਪਰ ਕੋਮੇਡੀਅਨ ਕਿਹਾ ਜਾਂਦਾ ਕਿ ਪੰਜ ਆ, ਕਰਮਜੀਤ ਅਨਮੋਲ ਹੋ ਗਏ, ਗੁਰਪ੍ਰੀਤ ਘੁੱਗੀ ਹੋ ਗਏ, ਬਿੰਦੂ ਬਾਈ ਹੋ ਗਏ, ਜਾਂ ਹੋਰ ਦੋ ਤਿੰਨ ਹੋ ਗਏ। ਹਾਂ, ਕਹਿਣ ਦਾ ਭਾਵ ਕਿ ਇੱਕ ਤੁਹਾਨੂੰ ਮੈਂ ਇੱਕ ਬੰਦਾ ਦੱਸਦਾ, ਬਲਵਿੰਦਰ ਬੋਲਟੋ ਦੀ ਟਾਈਮਿੰਗ ਦੇਖਿਓ ਕਦੇ, ਐਕਟਰਾਂ ਨੂੰ ਕੰਮ ਪਤਾ ਨਹੀਂ ਕਿਉਂ ਨਹੀਂ ਅੱਗੇ ਆ ਰਿਹਾ, ਉਹ ਮਿਲ ਰਿਹਾ, ਕਰ ਰਿਹਾ ਕੰਮ ਉਹ। ਸੋ ਇੱਦਾਂ ਦੇ ਬਹੁਤ ਸਾਰੇ ਮੁੰਡੇ ਨੇ, ਇਹਨਾਂ ਦੀ ਟਾਈਮਿੰਗ ਬਹੁਤ ਕਮਾਲ ਹੈ, ਹਲੇ ਉਸ ਤਰੀਕੇ ਨਾਲ ਅੱਗੇ ਨਹੀਂ ਆਏ, ਆਉਣਗੇ ਫਿਊਚਰ ਦੇ ਵਿੱਚ ਉਹ। ਤਾਂ ਮੇਰਾ ਸਵਾਲ ਇਹ ਸੀਗਾ ਕਿ ਦੇਵ ਖਰੋੜ ਕਦੀ ਇਸ ਚੀਜ਼ ਨੂੰ ਕੰਪੀਟੀਸ਼ਨ ਮੰਨਦਾ ਕਿ ਜਿਵੇਂ ਪੰਜਾਬ 'ਚ ਐਕਸ਼ਨ ਹੀਰੋ ਇੱਕ ਹੋਰ ਜਿਵੇਂ ਜੇ ਰੰਧਾਵਾ ਜਿਹੜੇ ਹਿਸਾਬ ਨਾਲ ਵਰਕ ਕਰ ਰਿਹਾ, ਕੰਪੈਰੀਜ਼ਨ ਟੂ ਦੇਵ ਖਰੋੜ ਹੀ ਵਰਕ ਕਰ ਰਿਹਾ, ਮੈਂ ਰਿਲੇਟ ਦੋਨਾਂ ਨੂੰ ਤਾਂ ਕਰ ਰਿਹਾ ਕਿਉਂਕਿ ਦੋਨਾਂ ਦੇ ਐਕਸ਼ਨ ਦੇਖਣ ਵਾਲੇ ਹੁੰਦੇ ਆ, ਦੋਨਾਂ ਦਾ ਟੇਸਟ ਐਕਸ਼ਨ ਵਾਲਾ ਆ। ਤਾਂ ਦੇਵ ਖਰੋੜ ਕਦੀ ਇਸ ਨੂੰ ਕੰਪੀਟੀਸ਼ਨ ਮੰਨਦਾ, ਇਸ ਚੀਜ਼ ਨੂੰ ਕਿਵੇਂ ਦੇਵ ਖਰੋੜ ਲੈਂਦਾ ਕਿ ਹਾਂ ਬਈ ਕਦੀ ਇਸ ਚੀਜ਼ ਦੀ ਹਾਵੀ ਕ੍ਰੀਏਟ ਹੋਈ ਆ ਸਿਰ 'ਤੇ ਕਿ ਯਾਰ ਉਸ ਫਿਲਮ 'ਚ ਐਕਸ਼ਨ ਵਧੀਆ ਸੀ, ਮੈਨੂੰ ਵੀ ਹੋਰ ਆਪਣੇ ਆਪ ਨੂੰ ਬਿਲਡ ਕਰਨ ਦੀ ਲੋੜ ਆ। ਨਹੀਂ, ਮੈਂ ਕਦੇ ਕੰਪੀਟੀਸ਼ਨ ਮੰਨਿਆ ਹੀ ਨਹੀਂ, ਮੈਨੂੰ ਪਤਾ ਮੇਰੇ 'ਚ ਕੀ ਖੂਬੀਆਂ ਨੇ, ਪਰਮਾਤਮਾ ਨੇ ਕੀ ਕਾਬਲੀਅਤ ਬਖਸ਼ੀ ਆ, ਮੈਨੂੰ ਲੱਗਦਾ ਮੈਂ ਬਣਿਆ ਹੀ ਐਕਸ਼ਨ ਲਈ ਹਾਂ। ਪਰ ਮੈਂ ਕਦੇ ਤਾਰਾਂ ਤੂਰਾਂ ਵਾਲਾ ਐਕਸ਼ਨ ਕਰਦਾ ਵੀ ਨਹੀਂ, ਜਿਹੜਾ ਐਕਸ਼ਨ ਸਾਰੇ ਕਰਦੇ ਆ ਮੈਂ ਉਹ ਤੋਂ ਭੱਜਦਾ, ਪਰ ਮੈਂ ਆਪਣਾ ਐਕਸ਼ਨ ਆਪ ਕਰਦਾ। ਜੇ ਮੈਂ ਛਾਲ ਵੀ ਮਾਰਨੀ ਆ ਕੋਠੇ ਤੋਂ ਆਪ ਕਰਦਾ, ਮੈਨੂੰ ਲੱਗਦਾ ਕਿ ਮੈਂ ਐਕਸ਼ਨ ਲਈ ਬਣਿਆ। ਤੂੰ ਮੇਰਾ ਬਲੈਕੀਆ ਦਾ ਐਕਸ਼ਨ ਦੇਖੀ ਜਾਂ ਕੋਈ ਵੀ ਚੀਜ਼ ਦੇਖੀ, ਮੈਂ ਆਪਣੇ ਆਪ ਨੂੰ ਐਕਸ਼ਨ ਕਰਨ ਲਈ ਜਦੋਂ ਐਕਸ਼ਨ ਆਉਂਦਾ ਮੈਨੂੰ ਚਾਹ ਚੜ ਜਾਂਦਾ, ਮੇਰੀ ਡਾਇਲੋਗ ਡਿਲੀਵਰੀ, ਮੇਰੀ ਆਈਜ਼, ਜੋ ਮੈਂ ਚੀਜ਼ਾਂ ਮੈਨੂੰ ਲੱਗਦਾ ਕੰਪਲੀਮੈਂਟ ਕਰਦੀਆਂ ਮੈਨੂੰ ਇਹ। ਮੈਂ ਕਦੇ ਐਂਗਰੀ ਯੰਗ ਮੈਨ ਦਾ ਖੁਦ ਨੂੰ ਖਿਤਾਬ ਨਹੀਂ ਦਿੱਤਾ, ਮੈਨੂੰ ਲੋਕਾਂ ਨੇ ਦਿੱਤਾ। ਮੈਂ ਖੁਦ ਨਹੀਂ ਕਿਹਾ ਲੋਕਾਂ ਨੂੰ ਕਿ ਕਿਸੇ ਨੂੰ ਕਿਹਾ ਪਾ ਦਿਉ ਐਂਗਰੀ ਯੰਗ ਮੈਨ ਆ ਗਿਆ, ਮੈਨੂੰ ਲੋਕਾਂ ਨੇ ਬੋਲਿਆ, ਲੋਕਾਂ ਨੇ ਐਕਸ਼ਨ ਹੀਰੋ ਨਾਲ ਮੈਨੂੰ ਕੰਪੇਅਰ, ਇਹਨਾਂ ਦੀ ਬਦੌਲਤ, ਇਹਨਾਂ ਦੇ ਪਿਆਰ ਸਦਕਾ ਮੇਰੇ ਲਈ ਮੈਨੂੰ ਨਹੀਂ ਲੱਗਦਾ ਕੋਈ ਕੰਪੀਟੀਸ਼ਨ। ਉਹਨੇ ਆਪਣੀ ਜੋਬ ਕਰਨੀ ਆ ਬਾਈ ਨੇ, ਉਹਦਾ ਆਪਣਾ ਕੰਮ ਹੈ, ਉਹਨੇ ਆਪਣੇ ਤਰੀਕੇ ਨਾਲ ਕਰਨਾ, ਮੇਰਾ ਆਪਣਾ ਕੰਮ ਹੈ, ਉਹਦੀ ਆਪਣੀ ਕਾਬਲੀਅਤ ਹੈ। ਉਹ ਅਲੱਗ, ਮੈਂ ਤਾਂ ਚਾਹੁੰਦਾ ਕਿ ਹੋਰ ਐਕਸ਼ਨ ਵਾਲੇ ਆਉਣ, ਵਧੇ ਗੱਲਬਾਤ, ਫਿਰ ਆਪਾਂ ਉਹ 'ਚੋਂ ਦੇਖੀਏ ਕਿ ਅਸੀਂ ਕਿਸੇ ਤੋਂ, ਹਰ ਇੱਕ ਬੰਦੇ ਤੋਂ ਸਿੱਖਦੇ ਹੋ, ਉਹਨਾਂ ਚੀਜ਼ਾਂ ਨੂੰ ਅਸੀਂ ਲੈ ਕੇ ਆਈਏ। ਮੇਰੇ ਜਿਹੜੇ ਸਬਜੈਕਟ ਨੇ ਹੁਣ ਉਹ ਥੋੜ੍ਹੇ ਡਿਫਰੈਂਟ ਹੋਣਗੇ, ਮੈਂ ਰੀਅਲ ਲਾਈਫ 'ਚੋਂ ਬਹੁਤ ਸਬਜੈਕਟ ਚੱਕ ਰਿਹਾ। ਮੈਂ ਦੋ ਤਿੰਨ ਕਹਾਣੀਆਂ ਦੇ ਆਪ ਰਾਈਟਸ ਲਏ ਨੇ ਹੁਣ, ਉਹ ਜਿਹੜੀਆਂ ਹੁਣ ਨੈਕਸਟ ਅਸੀਂ ਕਰਨ ਲੱਗੇ ਹਾਂ, ਔਰ ਉਹਦੇ ਲਈ ਅਸੀਂ ਜਿਹੜਾ ਐਕਸ਼ਨ ਵੀ, ਸੋ ਮੈਂ ਰੋਅ ਐਕਸ਼ਨ ਕਰਨਾ, ਮੈਂ ਤਾਰਾਂ ਤੂਰਾਂ ਵਾਲੇ ਐਕਸ਼ਨ ਤੋਂ ਗਰੇਜ਼ ਕਰਨਾ। ਮੈਂ ਉਹ ਇੱਕ ਬੰਦੇ ਦੀ ਜਿਹੜਾ ਜ਼ੋਰ ਹੁੰਦਾ ਜਾਂ ਬੰਦੇ ਦੀ ਜਿਹੜੀ ਪਾਵਰ ਹੁੰਦੀ ਹੈ, ਤਾਕਤ ਹੁੰਦੀ ਹੈ, ਉਹ ਦਿਖਾਉਣੀ ਹੈ ਲੋਕਾਂ ਨੂੰ। ਜੇ 2.5 ਕਿਲੋ ਦੇ ਹੱਥ ਦੀ ਸਨੀ ਦਿਓਲ ਗੱਲ ਕਰਦਾ ਸੀ ਤਾਂ ਲੱਗਦਾ ਸੀ ਕਿ 2.5 ਕਿਲੋ ਦਾ ਹੱਥ ਹੈਗਾ। ਜੇ ਉਹ ਨਲਕਾ ਪੱਟਣ ਦੀ ਔਕਾਤ ਰੱਖ ਸਕਦਾ ਸੀ, ਜੇ ਅਸੀਂ ਜਸਟੀਫਾਈ ਕਰ ਸਕਦੇ ਸੀਟੀਆਂ ਤਾੜੀਆਂ, ਤਾਂ ਉਹ ਸਨੀ ਦਿਓਲ ਹੀ ਲੱਗਦਾ ਸੀ ਕਿ ਇਹੀ ਬੰਦਾ ਨਲਕਾ ਪੱਟ ਸਕਦਾ। ਸੋ ਉੱਦਾਂ ਦਾ ਸਿਨੇਮਾ ਕਰਨਾ, ਬਟ ਉਹ ਰਿਐਲਿਟੀ ਦੇ ਨੇੜੇ ਹੋਵੇ, ਕੋਈ ਉਹ 'ਚੋਂ ਫੇਕ ਗੱਲਾਂ ਥੋੜ੍ਹੀਆਂ ਜਿਹੀਆਂ ਘੱਟ ਹੋਣ। ਔਰ ਮੇਰਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੈ, ਕੋਈ ਕੁਛ ਨਹੀਂ ਹੈ। ਮੈਂ ਚਾਹੁੰਦਾ ਹੋਰ ਮੁੰਡੇ ਆਉਣ ਐਕਸ਼ਨ ਦੇ ਵਿੱਚ, ਤਾਂ ਕਿ ਵਧੀਆ ਸਿਨੇਮਾ ਹੋਵੇ, ਹਰ ਇੱਕ ਬੰਦੇ ਦੀ ਆਪਣੀ ਆਪਣੀ ਆਡੀਅੰਸ ਹੈ। ਸੋ ਲੋਕ ਵੇਟ ਕਰਨ ਕਿ ਯਾਰ ਆਹ ਬੰਦੇ ਦੀ ਫਿਲਮ ਆ ਗਈ, ਹੁਣ ਉਹਦੀ ਦੇਖਣੀ ਹੈ ਯਾਰ। ਇਹ ਲੋਕਾਂ 'ਤੇ ਹੋਣਾ ਚਾਹੀਦਾ ਸਾਰਾ ਕੁਛ। ਦੇਵ ਖਰੋੜ ਦੀ ਨਜ਼ਰਾਂ ਵਿੱਚ
ਸਭ ਤੋਂ ਵੱਡੀ ਇੰਡਸਟਰੀ ਦੇ ਵਿੱਚ ਸਿਨੇਮਾ ਦੇ ਅੰਦਰ ਕਮੀ ਕਿਸ ਚੀਜ਼ ਦੀ ਹੈ? ਮੈਨੂੰ ਲੱਗਦਾ ਅਸੀਂ ਫਿਲਮ ਤਾਂ ਬਣਾ ਲੈਂਦੇ ਹਾਂ ਜਾਂ ਸੋਚ ਲੈਂਦੇ ਹਾਂ, ਸ਼ੁਰੂ ਤਾਂ ਕਰ ਲੈਂਦੇ ਹਾਂ, ਬਾਅਦ 'ਚੋਂ ਜਾ ਕੇ ਜੋ ਜੋ ਕਮਿਟਮੈਂਟਸ ਅਸੀਂ ਕਰਦੇ ਹਾਂ ਉਹਨਾਂ ਤੋਂ ਭੱਜਣਾ ਸ਼ੁਰੂ ਕਰ ਦਿੰਦੇ ਹਾਂ। ਇੱਕ ਵਾਰ ਐਕਟਰ ਨੂੰ ਸਾਈਨ ਕਰਨ ਲਈ ਬਹੁਤ ਸਾਰੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਨੇ, ਇੱਦਾਂ ਕਰਾਂਗੇ ਭਾਅ ਜੀ, ਇੱਦਾਂ ਕਰਾਂਗੇ, ਉਸ ਤਰੀਕੇ ਨਾਲ ਪ੍ਰਮੋਟ ਨਹੀਂ ਕੀਤੀ ਜਾਂਦੀ ਫਿਲਮ, ਉਹ ਚੀਜ਼ਾਂ ਨਹੀਂ ਐਡ ਔਨ ਕੀਤੀਆਂ ਜਾਂਦੀਆਂ, ਉਹ ਗੱਲਾਂ ਨਹੀਂ ਹੁੰਦੀਆਂ, ਤਾਂ ਉਹਦੇ ਨਾਲ ਕਿਤੇ ਨਾ ਕਿਤੇ ਖੁਦ ਵੀ ਬੰਦਾ ਆਪਣੇ ਆਪ ਨੂੰ ਠੱਗਿਆ ਫੀਲ ਕਰਦਾ ਲੱਗਦਾ, ਔਡੀਅੰਸ ਨਾਲ ਵੀ। ਤੁਸੀਂ ਦੇਖੋ ਫਿਲਮ ਜਦੋਂ ਚੱਲਦੀ ਹੈ ਤਾਂ ਉਹਦਾ ਸਿਹਰਾ ਸਾਰਿਆਂ ਨੂੰ, ਜਦੋਂ ਫਲੋਪ ਹੁੰਦੀ ਤਾਂ ਸਭ ਤੋਂ ਪਹਿਲਾਂ ਹੀਰੋ ਦਾ ਫੇਸ ਸਾਹਮਣੇ ਆਉਂਦਾ ਕਿ ਯਾਰ ਆਹ ਬੰਦੇ ਦੀ ਫਿਲਮ ਨਹੀਂ ਚੱਲੀ, ਹੈ ਨਾ, ਅਤੇ ਇਹ ਬੰਦਾ ਉਹਦੇ ਪਿੱਛੇ, ਪਰ ਲੋਕਾਂ ਨੂੰ ਰੀਜ਼ਨ ਨਹੀਂ ਪਤਾ ਹੁੰਦੇ ਕਿ ਉਹ ਬੰਦੇ ਨੇ ਤਾਂ ਜ਼ੋਰ ਲਾਇਆ ਸੀ ਕਿ ਚੀਜ਼ ਨੂੰ ਐਂ ਕਰ ਲਓ, ਉਹਦੇ ਪਿੱਛੇ ਡਾਇਰੈਕਟਰ ਨਹੀਂ ਮੰਨਿਆ, ਉਹਦੇ ਪਿੱਛੇ ਪ੍ਰੋਡਿਊਸਰ ਨਹੀਂ ਮੰਨਿਆ, ਜਾਂ ਉਹਦੇ ਪਿੱਛੇ ਫਲਾਣਾ ਬੰਦਾ ਨਹੀਂ ਮੰਨਿਆ, ਹੈ ਨਾ, ਤਾਂ ਕਈ ਚੀਜ਼ਾਂ ਉਵੇਂ ਹੋ ਜਾਂਦੀਆਂ ਨੇ। ਇਕੱਲੇ ਐਕਟਰ ਦਾ ਉਹਦੇ ਵਿੱਚ ਦੋਸ਼ ਨਹੀਂ ਹੁੰਦਾ, ਪਰ ਮੜ ਐਕਟਰ ਦੇ ਸਿਰ 'ਤੇ ਜਾਂਦਾ ਕਿ ਯਾਰ ਉਹ ਫਲਾਣੇ ਦੀ ਯਾਰ 5 ਫਿਲਮਾਂ ਫਲੋਪ ਹੋ ਗਈਆਂ। ਇਕੱਲਾ ਐਕਟਰ ਨਹੀਂ ਫਿਲਮ ਚਲਾਉਂਦਾ, ਉਹਦੇ ਪਿੱਛੇ ਡਾਇਰੈਕਟਰ ਵੀ ਹੁੰਦਾ, ਉਹਦੇ ਪਿੱਛੇ ਰਾਈਟਰ ਵੀ ਹੁੰਦਾ, ਉਹਦੇ ਪਿੱਛੇ ਸਾਰੇ ਹੁੰਦੇ ਨੇ, ਕੈਮਰਾਮੈਨ ਵੀ ਹੁੰਦਾ। ਹਰ ਇੱਕ ਚੀਜ਼ ਜਦੋਂ ਇੱਕ ਚੰਗੀ ਫਿਲਮ ਬਣਦੀ ਹੈ ਨਾ, ਤਾਂ ਉਹਦੇ ਵਿੱਚ ਸਾਰਿਆਂ ਦਾ ਯੋਗਦਾਨ ਬਰਾਬਰ ਹੁੰਦਾ। ਜੇ ਫਿਲਮ ਮਾੜੀ ਬਣਦੀ ਹੈ ਤਾਂ ਉਹਦੇ ਵਿੱਚ ਵੀ ਯੋਗਦਾਨ ਸਾਰਿਆਂ ਦਾ ਬਰਾਬਰ ਹੀ ਹੁੰਦਾ। ਇਸ ਚੀਜ਼ ਦਾ ਫੇਸ ਵੀ ਕਰਨਾ ਪੈਂਦਾ ਬਾਈ ਤੁਹਾਨੂੰ ਜਦੋਂ ਤੁਹਾਡੀ ਇੱਕ ਫਿਲਮ ਨਹੀਂ ਚੱਲਦੀ ਹੈਗੀ, ਦੂਜੀ ਫਿਲਮ 'ਚ ਜੋ ਤੁਹਾਡਾ ਪੇ ਰੇਟ ਹੁੰਦਾ ਉਹ ਕਿਤੇ ਨਾ ਕਿਤੇ ਹੋਰ ਜ਼ਿਆਦਾ ਡਾਊਨ ਕਰ ਦਿੱਤਾ ਜਾਂਦਾ, ਤਾਂ ਕਿ ਥੋੜ੍ਹਾ ਜਿਹਾ ਐਕਟਰ ਨੂੰ ਇੱਦਾਂ ਰੀਅਲਾਈਜ਼ ਕਰਾਓ ਕਿ ਬਾਈ ਤੇਰੇ 'ਤੇ 2 ਫਲੋਪ ਚੱਲੀ ਗਈਆਂ ਯਾਰ, ਵੀ ਤੀਜੀ ਤੂੰ ਐਵੇਂ ਕਰ ਲਾ। ਇਹ ਚੱਲਦਾ, ਇਹ ਕਰਾਉਂਦੇ ਆ, ਇਹ ਕਹਿੰਦੇ ਆ ਕਈ ਵਾਰ ਕਿ ਭਾਅ ਜੀ ਆਹ ਫਿਲਮ ਨੇ ਇੱਦਾਂ ਬਿਜ਼ਨਸ ਨਹੀਂ ਕੀਤਾ, ਥੋੜ੍ਹਾ ਜਿਹਾ ਘਟਾ ਲਓ। ਕਈ ਲਿਖ ਵੀ ਦਿੰਦੇ ਆ ਕਿ ਫਿਲਮ ਇੱਕ ਨਹੀਂ ਚੱਲੀ, ਪੈਸੇ ਇੰਨੇ ਮੰਗੀ ਜਾਂਦੇ ਨੇ, ਫਲਾਣਾ ਇਹ ਵੋ, ਤਾਂ ਮੇਰਾ ਇਹ ਨਹੀਂ ਹੁੰਦਾ। ਮੇਰੇ ਜਿੰਨੇ ਵੀ ਪ੍ਰੋਡਿਊਸਰ ਨੇ, ਮੇਰਾ ਸਾਰਿਆਂ ਨਾਲ ਬਹੁਤ ਫਰੈਂਡਲੀ ਬਿਹੇਵੀਅਰ ਹੀ ਰਿਹਾ, ਦੋਸਤਾਂ ਦੀ ਤਰ੍ਹਾਂ ਹੀ ਰਿਹਾ। ਮੈਂ ਕਦੇ ਫਸੀ ਐਕਟਰ ਨਹੀਂ ਹੈਗਾ, ਜੇ ਮੈਨੂੰ ਲੱਗਿਆ ਕੰਟੈਂਟ ਬਹੁਤ ਘੈਂਟ ਆ, ਬਹੁਤ ਚੰਗਾ, ਮੈਂ ਫਸਦਾ ਨਹੀਂ ਹੈਗਾ, ਮੈਂ ਫਲੈਕਸੀਬਲ ਹੋ ਕੇ ਚੱਲਦਾ। ਜੇ ਮੈਨੂੰ ਲੱਗਦਾ ਕਿ ਫਿਲਮ 'ਚ ਕੁਛ ਨਹੀਂ ਆ, ਬੰਦਾ ਗਲ ਪੈ ਰਿਹਾ, ਕਰੋ ਕਰੋ, ਫਿਰ ਆਪਣੇ ਮਨ ਮਰਜ਼ੀ ਦਾ ਰੇਟ ਮੰਗੀ ਦਾ, ਫਿਰ ਉਵੇਂ ਵੀ ਹੁੰਦਾ। ਇਹ ਤੁਹਾਨੂੰ ਤਰੀਕਾ ਆਉਣਾ ਚਾਹੀਦਾ। ਪੈਸਾ ਦੇਖੋ, ਜਦੋਂ ਤੁਸੀਂ ਇੱਕ ਵਾਰ ਐਸਟੈਬਲਿਸ਼ ਹੋ ਗਏ, ਤੁਹਾਡੇ ਕੋਲ ਕਿਸੇ ਵੀ ਫੀਲਡ 'ਚ, ਮੈਂ ਇਕੱਲੀ ਇਸ ਫੀਲਡ ਦੀ ਗੱਲ ਨਹੀਂ ਕਰਦਾ, ਪੈਸਾ ਤੁਹਾਡੇ ਕੋਲ, ਤੁਹਾਡੇ ਟੈਲੈਂਟ ਨੇ ਸਾਰੀ ਜ਼ਿੰਦਗੀ ਦੇਈ ਜਾਣਾ, ਤੁਹਾਨੂੰ ਸਾਰੀ ਜ਼ਿੰਦਗੀ ਆਈ ਜਾਣਾ ਪੈਸਾ ਤੁਹਾਡੇ ਕੋਲ, ਕਦੇ ਨਹੀਂ ਰੁਕਦਾ। ਔਰ ਐਕਸ਼ਨ ਹੀਰੋ ਦੀ ਉਮਰ ਤਾਂ ਬਹੁਤ ਲੰਬੀ ਹੁੰਦੀ ਹੈ। ਐਕਸ਼ਨ ਹੀਰੋ ਤਾਂ 60 ਬਹੁਤ ਹਾਲੀਵੁੱਡ ਦੇ ਦੇਖ ਲਓ, 65-70 ਸਾਲ ਦੇ ਐਕਸ਼ਨ ਹੀਰੋ ਨੇ, ਹੁਣ ਸਿਨੇਮਾ ਚੇਂਜ ਹੋ ਰਿਹਾ, ਉਹ ਬਾਲੀਵੁੱਡ 'ਚ ਵੀ ਆ ਗਿਆ ਹੁਣ, ਕਿੰਨੀ ਵੱਡੀ ਵੱਡੀ ਏਜ ਦੀ। ਐਕਸ਼ਨ ਹੀਰੋ ਕਦੇ ਬੁੱਢਾ ਨਹੀਂ ਹੁੰਦਾ, ਰੋਮਾਂਟਿਕ ਹੀਰੋ ਬੁੱਢੇ ਹੁੰਦੇ ਨੇ। ਹਰ ਰਜਨੀਕਾਂਤ ਦੇਖ ਲਓ, ਤੁਹਾਡੇ ਕੋਲ ਐਗਜ਼ਾਮਪਲਸ ਪਈਆਂ ਸਾਊਥ ਦੀਆਂ, ਐਕਸ਼ਨ ਹੀਰੋ 'ਚ ਦਮ ਚਾਹੀਦਾ। ਹੁਣ ਜਿਹੜਾ ਮੈਂ ਸਿਨੇਮਾ ਕਰਨਾ, ਮੈਂ ਬਹੁਤ ਫਿੱਟ ਹੋ ਕੇ ਕਰਨਾ। ਜਿਹੜੀ ਮੇਰੀ ਔਡੀਅੰਸ ਦੀ ਮੇਰੇ ਤੋਂ ਸ਼ਿਕਾਇਤ ਸੀਗੀ ਕਿ ਦੇਵ ਆਪਣੇ ਤੋਂ, ਹੁਣ ਮੈਂ 8 ਕਿਲੋ ਵੇਟ ਘਟਾ ਲਿਆ, ਹੁਣ ਮੈਂ ਆਪਣੀ ਬੋਡੀ 'ਤੇ ਕੰਮ ਕਰ ਰਿਹਾ, ਹੁਣ ਮੈਂ ਇਹਨਾਂ ਨੂੰ ਇੱਕ ਨਵਾਂ ਸਰਪ੍ਰਾਈਜ਼ ਦਊਂਗਾ, ਨਵੇਂ ਤਰੀਕੇ ਦਾ ਸਿਨੇਮਾ ਲੱਗਿਆ। ਤੁਸੀਂ ਗੱਲ ਕਹੀ ਨਾ, ਮੈਨੂੰ ਐ ਸੀਗਾ ਸ਼ਾਇਦ ਕਿਤੇ ਪਰਸਨਲ ਦਾ ਦੇਵ ਬਾਈ ਨੂੰ ਲੱਗ ਜਾਵੇ ਇਹ ਚੀਜ਼। ਬਾਈ ਆਪਾਂ ਵੀ ਸੁਣੀ ਆ, ਸਾਨੂੰ ਕਹਿੰਦੇ ਹੁੰਦੇ ਆ, ਕਹਿੰਦੇ ਵੀ ਦੇਵ ਬਾਈ ਨੂੰ ਆਪਣੀ ਫਿਟਨੈਸ 'ਤੇ ਕੰਮ ਕਰਨ ਦੀ ਲੋੜ ਆ, ਵੀ ਸ਼ੁਰੂ ਕਰਦਾ ਸੁਣਨਾ ਚਾਹੀਦਾ ਸਭ ਦਾ। ਜੇ ਕੋਈ ਬੰਦਾ ਮੈਨੂੰ ਕਹਿ ਰਿਹਾ ਕੁਛ, ਮੈਨੂੰ ਉਹ 'ਤੇ ਗੁੱਸੇ ਨਹੀਂ ਹੋਣਾ ਚਾਹੀਦਾ। ਜੇ ਕਿਸੇ ਬੰਦੇ ਨੇ ਮੈਨੂੰ ਕਹਿਤਾ ਇਹ ਮੋਟਾ ਹੋ ਗਿਆ, ਇਹ ਬਲਕੀ ਹੋ ਗਿਆ, ਉਹ ਹੋ ਗਿਆ, ਮੈਂ ਉਹ ਝੂਠ ਨਹੀਂ ਕਹਿ ਰਿਹਾ, ਕਿਉਂਕਿ ਦਿਖਦਾ। ਇਹ ਕੈਮਰਾ ਬਖਸ਼ਦਾ ਨਹੀਂ ਕਿਸੇ ਨੂੰ, ਇਹ ਇਕੱਲੇ ਇਕੱਲੇ ਐਂਗਲ ਤੋਂ ਫੜਦਾ ਤੁਹਾਨੂੰ। ਉਹ ਮੈਨੂੰ ਖੁਦ ਨੂੰ ਲੱਗਿਆ ਬਲੈਕੀਆ 'ਚ, ਚਲੋ ਮੈਂ ਇੱਕ ਬਜ਼ੁਰਗ ਦਾ ਕਿਰਦਾਰ ਕਰਨਾ ਸੀ, ਜਦੋਂ ਮੈਂ ਉਹਦੇ ਲਈ ਸੋਚਿਆ ਥੋੜ੍ਹਾ ਜਿਹਾ ਵੇਟ ਗੇਨ ਕਰ ਲੈਂਦੇ ਹਾਂ, ਉਹ ਫਿਰ ਨਾਲ ਗਮ, ਕਿਉਂਕਿ ਸਾਡੇ ਫਿਲਮਾਂ ਦੇ ਵਿੱਚ ਇੰਨਾ ਟਾਈਮ ਤਾਂ ਦਿੰਦੇ ਨਹੀਂ ਹੈਗੇ ਭਰਾ ਕਿ ਯਾਰ ਆਹ ਕਰੈਕਟਰ ਨੂੰ ਅਲੱਗ ਸ਼ੂਟ ਕਰ ਲੈਂਦੇ, 3 ਮਹੀਨੇ ਬਾਅਦ ਇਹਨੂੰ ਅਲੱਗ ਕਰ ਲੈਂਦੇ, ਇਹਨੂੰ ਅਲੱਗ ਕਰ ਲੈਂਦੇ, ਤਾਂ ਫਿਰ ਉਹ ਵੇਟ ਸੀਗਾ ਜਿਹੜਾ ਸੇਮ 3 ਕਰੈਕਟਰਾਂ 'ਚ ਦੇਖਿਆ ਵਧਾਇਆ, ਕਿਉਂਕਿ ਇੰਪੋਰਟੈਂਸ ਸੀਗੀ ਜਿਹੜੀ ਉਹ ਬੁੱਢੇ ਵਾਲੇ ਕਰੈਕਟਰ ਦੀ ਸੀਗੀ। ਮੈਨੂੰ ਇਹ ਸੀਗਾ ਕਿ ਯਾਰ ਗਮ ਆ ਤਾਂ ਮੈਂ ਈਜ਼ੀਲੀ ਪਲੇ ਕਰ ਜੂੰਗਾ, ਐਜ਼ ਐਨ ਐਕਟਰ ਤੁਹਾਡੇ ਅੰਦਰ ਨਾ ਇੱਕ ਭੁੱਖ ਹੁੰਦੀ ਆ ਕਿ ਯਾਰ ਜਿਹੜਾ ਆਹ ਇੱਕ ਏਜਡ ਕਰੈਕਟਰ ਹੈ, ਜਿੰਨੀ ਏਜ ਦਾ ਮੈਂ ਹੈ ਨਹੀਂ ਉਨੀ ਏਜ ਦਾ ਲੱਗਣਾ, ਤਾਂ ਉਹਦੇ ਲਈ ਆਵਾਜ਼ ਬੋਡੀ ਬਹੁਤ ਮਿਹਨਤ ਕੀਤੀ, ਤਾਂ ਫਿਰ ਉਹ 3 ਕਰੈਕਟਰਾਂ ਦਿਖਿਆ। ਤਾਂ ਫਿਰ ਉਹ ਤੋਂ ਬਾਅਦ ਸੋਚਿਆ, ਮੈਨੂੰ ਵੀ ਥੋੜ੍ਹਾ ਲੱਗਿਆ, ਮੈਂ ਕਿਹਾ ਨਹੀਂ ਯਾਰ ਹੁਣ ਤਾਂ ਫਿੱਟ ਹੋ ਕੇ ਕੰਮ ਕਰਨਾ। ਪਿੱਛੇ ਗਾਂਧੀ ਸ਼ੁਰੂ ਹੋ ਗਈ ਨਾਲ ਦੀ ਨਾਲ, ਇਹਨਾਂ ਨੇ ਵੀ ਨਹੀਂ ਟਾਈਮ ਦਿੱਤਾ, ਮੈਂ ਸੈੱਟ 'ਤੇ ਖਾਧਾ ਨਹੀਂ 3 ਦਿਨ ਕੁਛ, ਮੈਂ ਸਿਰਫ ਮਨਦੀਪ ਬਾਈ ਤੋਂ ਪੁੱਛਿਆ, ਨੂਣ ਛੱਡਤਾ, ਰੋਟੀ ਛੱਡਤੀ,
ਮੈਂ ਸੈਲਡ 'ਤੇ ਰਿਹਾ। ਦਿਲ ਕਰਦਾ ਸੀ ਚਾਹ ਪੀ ਲਈਏ, ਮਿੱਠਾ ਖਾ ਲਈਏ, ਕ੍ਰੇਵਿੰਗ। ਮੈਂ ਕਿਹਾ ਨਹੀਂ, ਆਪਣੇ ਆਪ ਨੂੰ ਮੈਂ ਉਹਦੇ ਵਿੱਚ ਜਿੰਨਾ ਵੇਟ ਤੋੜ ਸਕਦਾ ਸੀ ਸੈੱਟ 'ਤੇ ਤੋੜ ਲਿਆ। ਹੁਣ ਮੈਂ ਪ੍ਰੋਪਰ ਐਕਸਰਸਾਈਜ਼ ਕਰਕੇ, ਪ੍ਰੋਪਰ ਚੀਜ਼ਾਂ ਦੇ ਨਾਲ ਆਪਣੇ ਸੈਕਰੀਫਾਈਜ਼ ਕਰਕੇ ਹੁਣ ਮੈਂ 8 ਕਿਲੋ ਵੇਟ ਘਟਾਇਆ। ਹੁਣ ਇਹਨੂੰ ਮੈਂ ਕੰਟੀਨਿਊਸਲੀ ਲੈ ਕੇ ਚੱਲੂੰਗਾ। ਨਹੀਂ ਬਾਈ, ਸਾਨੂੰ ਇਸ ਚੀਜ਼ ਦੀ ਉਮੀਦ ਆ। ਮੈਨੂੰ ਐਂ ਲੱਗਦਾ ਕਿ ਜਿਹੜੇ ਬੰਦੇ ਦਾ ਜੋ ਗ੍ਰਾਫ ਆ ਨਾ, ਜੋ ਮਿਹਨਤ ਆ, ਉਹਦਾ ਉਹਨੂੰ ਪੇਬੈਕ ਮਿਲਣਾ ਚਾਹੀਦਾ ਲੋਕਾਂ ਵੱਲੋਂ। ਹਰ ਬੰਦਾ ਮਿਹਨਤ ਕਰਦਾ ਵੀਰੇ, ਤੁਸੀਂ ਵੀ ਮਿਹਨਤ ਕਰਦੇ ਹੋ, ਸਾਡੇ ਸਟੂਡੈਂਟ ਬਾਹਰ ਨੇ, ਮੈਂ ਦੇਖ ਕੇ ਆਇਆ ਕੈਨੇਡਾ, ਦਿਨ ਰਾਤ ਮਿਹਨਤ ਕਰਦੇ ਆ ਵਿਚਾਰੇ, ਚਾਰ ਚਾਰ ਸ਼ਿਫਟਾਂ ਲਾਉਂਦੇ ਆ। ਸਾਨੂੰ ਇਹ ਬੋਲਣਾ ਬਹੁਤ ਈਜ਼ੀ ਲੱਗਦਾ ਕਿ ਯਾਰ ਆਹ ਤਾਂ ਬੰਦਾ ਸਾਡੇ ਕਿਸੇ ਕੰਮ ਦਾ ਨਹੀਂ, ਆਹ ਬੰਦਾ ਕੁਛ ਨਹੀਂ ਕਰ ਸਕਦਾ, ਇਹ ਫੇਲ ਹੋ ਗਿਆ, ਇਹ ਫਲਾਣਾ ਹੋ ਗਿਆ। ਉਤਾਰ ਚੜ੍ਹਾਅ ਲਾਈਫ 'ਚ ਆਉਂਦੇ ਰਹਿੰਦੇ ਨੇ। ਮੈਂ ਸਾਰਿਆਂ ਨੂੰ ਕਹਿ ਰਿਹਾ, ਬਹੁਤ ਭੌਂਕੇ ਬੈਠੇ ਆ ਬਾਹਰ, ਜਿਹੜੇ ਇਹ ਭੌਂਕਦੇ ਆ ਕਿ ਇਹਦਾ ਟਾਈਮ ਗਿਆ, ਇਹਦਾ ਫਲਾਣਾ ਗਿਆ। ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ ਕ੍ਰਿਕਟ ਦੀ, ਉਹੀ ਪਲੇਅਰ ਜਿਹੜਾ 0 'ਤੇ ਆਊਟ ਹੁੰਦਾ, ਅਗਲੇ ਮੈਚਾਂ 'ਚ 100 ਮਾਰਦਾ, ਡਬਲ 100 ਮਾਰਦਾ। ਸੋ ਇਹ ਡੇਜ਼ ਅਪ ਐਂਡ ਡਾਊਨਸ ਆਉਂਦੇ ਰਹਿੰਦੇ ਆ, ਕਦੇ ਨਾ ਘਬਰਾਇਓ ਇਹ ਚੀਜ਼ ਤੋਂ। ਜਿਹੜਾ ਭੌਂਕਦਾ ਭੌਂਕ ਹੀ ਜਾਣ ਦਿਓ, ਉਹਨੂੰ ਆਪਣੇ ਕੰਮ 'ਤੇ ਕੰਸਨਟਰੇਟ ਕਰੋ। ਅੱਜ ਮੈਂ ਨਾ ਇੱਕ ਵੀਡੀਓ ਦੇਖੀ, ਉਹ ਵੀਡੀਓ ਸ਼ੇਅਰ ਕਰੂੰਗਾ ਮੈਂ, ਉਹ ਖਿਆਲੀ ਨੇ ਬਣਾਈ ਆ ਵੀਡੀਓ। ਉਹਨੇ ਇੱਕ ਘੋੜਾ ਖਰੀਦ ਲਿਆ ਪਿਓ ਪੁੱਤ ਨੇ, ਦੇਖੀਏ ਵੀਡੀਓ ਹਨਾ। ਮੈਂ ਉਹ ਘੋੜਾ ਖਰੀਦਿਆ ਪਿਓ ਪੁੱਤ ਨੇ, ਉਹ ਤੋਰ ਕੇ ਲੈ ਕੇ ਜਾ ਰਹੇ ਨੇ ਘੋੜੇ ਨੂੰ। ਚਾਰ ਬੰਦੇ ਕਹਿੰਦੇ ਕਿਹੋ ਜਿਹੇ ਮੂਰਖ ਇਨਸਾਨ ਨੇ ਯਾਰ, ਘੋੜਾ ਖਰੀਦਿਆ ਅਤੇ ਸਾਲੇ ਤੁਰ ਕੇ ਜਾ ਰਹੇ ਨੇ। ਉਹਨੇ ਕੀ ਕੀਤਾ, ਉਹਨੇ ਆਪਦਾ ਮੁੰਡਾ ਉੱਤੇ ਬਿਠਾਤਾ ਘੋੜੇ 'ਤੇ, ਆਪ ਲੱਗਿਆ ਕਹਿੰਦਾ ਕਿਹੋ ਜਿਹਾ ਯਾਰ ਬੰਦਾ ਦੱਸ। ਆਹ ਮੁੰਡੇ ਨੂੰ ਕਹਿੰਦੇ ਕਿ ਇੰਨਾ ਨੌਜਵਾਨ ਬੰਦਾ, ਬੁੜਾ ਬਾਪ ਘੋੜਾ ਖਿੱਚੀ ਲਈ ਜਾਂਦਾ, ਆਪ ਉੱਪਰ ਬੈਠਾ। ਉਹਨਾਂ ਦੀਆਂ ਫਿਰ ਅੱਖਾਂ ਮਿਲੀਆਂ, ਉਹ ਕਹਿੰਦਾ ਕੋਈ ਗੱਲ ਨਹੀਂ। ਉਹਨੇ ਫਿਰ ਆਪਦਾ ਮੁੰਡਾ ਉਤਾਰ ਕੇ ਆਪ ਬਹਿ ਗਿਆ। ਫਿਰ ਅੱਗੇ ਗਏ ਚਾਰ ਲੋਕਾਂ ਨੇ, ਫਿਰ ਬੋਲਿਆ ਕਹਿੰਦਾ ਯਾਰ ਕਿਹੋ ਜਿਹਾ ਬਜ਼ੁਰਗ ਹੈ, ਸ਼ਰਮ ਨਹੀਂ ਆਉਂਦੀ, ਜਵਾਕ ਨੂੰ ਤੋਰੀ ਜਾਂਦਾ ਅਤੇ ਆਪ ਘੋੜੇ 'ਤੇ ਬੈਠਾ। ਉਹਨਾਂ ਨੇ ਫਿਰ ਦੋਹੇ ਘੋੜੇ 'ਤੇ ਬਹਿ ਗਏ। ਉਹ ਫਿਰ ਦੁਨੀਆ ਕਹਿੰਦੀ ਲੈ ਇਹਨੂੰ ਸ਼ਰਮ ਨਹੀਂ ਆਉਂਦੀ, ਇਹ ਬੇਜ਼ਬਾਨ 'ਤੇ ਜੁਰਮ ਕਰੀ ਜਾਂਦੇ ਨੇ। ਉਹ ਕਹਿੰਦਾ ਬਾਪੂ ਇਹ ਕੀ ਹੈ, ਜੀਣ ਹੀ ਦਿੰਦੇ ਕਿਸੇ ਪਾਸੇ। ਕਹਿੰਦਾ ਪੁੱਤ ਇਹੀ ਹੈ, ਇਹਨਾਂ ਨੂੰ ਭੌਂਕੀ ਜਾਣ ਦਿਉ, ਆਪਣੀ ਚਾਲ ਚੱਲਦੇ ਚੱਲੋ, ਬਸ ਆਪਣੀ ਚਾਲ ਚੱਲਦੇ ਚੱਲੋ, ਪਰਮਾਤਮਾ ਸਭ ਨੂੰ ਅੱਗੇ ਲੈ ਕੇ ਜਾਊਗਾ। ਮੈਨੂੰ ਇੱਕ ਗੱਲ ਦੱਸੋ ਦੇ ਬਾਈ, ਅਕਸਰ ਨਾ ਐਕਸ਼ਨ ਹੀਰੋ ਮਤਲਬ ਕਿ ਥੋੜ੍ਹੀ ਐਕਸ਼ਨ ਕਰਦੇ ਹਾਂ, ਤਾਂ ਮੈਂ ਇੱਕ ਚੀਜ਼ ਓਬਜ਼ਰਵ ਕਰਦਾ, ਮੈਂ ਕਿਹਾ ਵੀ ਬੰਦਾ ਜਦੋਂ ਮਾਰ ਕਟਾਈ ਕਰਦਾ, ਜਦੋਂ ਸਿਰ ਖੋਲਦਾ, ਇੱਟਾਂ ਨਾਲ ਵਾਰ ਕਰਦਾ, ਹੈ ਨਾ, ਕਦੀ ਜ਼ਿੰਦਗੀ 'ਚ ਬਾਈ ਬਚਪਨ 'ਚ ਇੱਦਾਂ ਕਦੀ ਲੜਾਈ ਕਲੇਸ਼ ਵਾਲਾ ਪੰਗਾ ਪੁੰਗਾ ਕਿਤੇ ਪਿਆ ਕਿ ਬੁਰੇ ਤਰੀਕੇ ਨਾਲ ਕੁੱਟਿਆ ਹੋਵੇ? ਕੱਲ੍ਹ ਪਰਸੋਂ ਪੋਡਕਾਸਟ ਕਰਕੇ ਆਇਆ, ਉਹਦੇ ਵਿੱਚ ਹੈਗਾ ਸਾਰਾ, ਮੇਰੀ ਜ਼ਿੰਦਗੀ 'ਚ ਬਹੁਤ ਐਕਸ਼ਨ ਰਿਹਾ। ਮੇਰੇ ਤੋਂ ਆਹ ਕੱਟਸ ਦੇਖ ਰਿਹਾ, ਆਹ ਦੇਖਾ ਸਾਰੇ, ਇਹ ਤਲਵਾਰਾਂ ਦੇ ਨਿਸ਼ਾਨ ਨੇ। ਅਸੀਂ ਕਾਲਜ ਲਾਈਫ 'ਚ ਇਹੋ ਜਿਹਾ ਟਾਈਮ ਦੇਖਿਆ ਹੋਇਆ, ਕਿਉਂਕਿ ਅਸੀਂ ਸਪੋਰਟਸ ਵਾਲੇ ਸੀਗੇ, ਮੈਂ ਵਿੰਗ 'ਚ ਸੀਗਾ ਸਪੋਰਟਸ ਦੇ, ਵਾਲੀਬਾਲ ਖੇਡਦੇ ਸੀਗੇ ਪਟਿਆਲੇ ਦੇ ਵਿੱਚ। ਜੋ ਕਿਸੇ ਸਟੈਂਡ ਦੀ ਬੋਲੀ ਹੋਣੀ, ਕਿਤੇ ਖੜਕਾ ਦੜਕਾਉਣਾ, ਸਾਨੂੰ ਸਭ ਤੋਂ ਪਹਿਲਾਂ ਅਸੀਂ ਜਾਂਦੇ ਸੀ, ਯਾਰੀਆਂ ਪਵਾਉਂਦੇ ਸੀ, ਖੜਦੇ ਸੀਗੇ। ਨਜਾਇਜ਼ ਵੀ ਹੋਈਆਂ ਸਾਡੇ, ਅਸੀਂ ਵੀ ਨਜਾਇਜ਼ ਕੀਤੀਆਂ, ਸਾਡੇ ਨਾਲ ਵੀ ਹੋਈਆਂ, ਘਿਰ ਵੀ ਗਏ ਕਈ ਵਾਰ, ਕੁੱਟੇ ਵੀ, ਕੁੱਟ ਵੀ ਖਾਧੀ, ਬਹੁਤ ਕੁਛ ਚੱਲਿਆ। ਇਹੋ ਜਿਹਾ ਟਾਈਮ ਵੀ ਆਇਆ ਜਿੱਥੇ ਕਹਿੰਦੇ ਕਹਾਉਂਦੇ ਵੀ ਸਿੱਟੇ, ਅਤੇ ਫਿਰ ਇੱਕ ਟਾਈਮ 'ਤੇ ਜਾ ਕੇ ਲੱਗਿਆ ਕਿ ਨਹੀਂ ਯਾਰ, ਆਪਣੇ ਕਰੀਅਰ ਵੱਲ ਧਿਆਨ ਦਈਏ, ਲੜਾਈਆਂ ਝਗੜਿਆਂ 'ਚ ਕੁਛ ਨਹੀਂ ਰੱਖਿਆ। ਬਹੁਤ ਕੁਛ ਕਰਕੇ ਜ਼ਿੰਦਗੀ 'ਚ ਐਕਸ਼ਨ ਮੇਰੀ ਲਾਈਫ 'ਚ ਬਹੁਤ ਰਿਹਾ। ਮੇਰੇ ਜਿਹੜਾ ਸਰਕਲ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਇੱਕ ਸਨੀ ਦਿਓਲ ਦੇ ਫੈਨ ਹੁੰਦੇ ਸੀ, ਉਂਗਲੀ ਛੇਤੀ ਖੜੀ ਹੋ ਜਾਂਦੀ ਸੀਗੀ। ਉਹ ਚੀਜ਼ਾਂ ਇੱਕ ਹੁੰਦੇ ਸੀ ਗਰਮਜੋਸ਼ੀ ਵਾਲਾ, ਇੱਕ ਹੁੰਦੇ ਸਪੋਰਟਸਮੈਨ ਉੱਤੋਂ, ਅਤੇ ਉਹ ਚੀਜ਼ਾਂ ਨੇ ਜਿਹੜੇ ਹੁਣ ਸਾਡੇ ਸੀਨੀਅਰ ਹੁੰਦੇ ਸੀ, ਰੋਜ਼ ਕੋਈ ਨਾ ਕੋਈ ਪੰਗਾ ਕਿਤੇ ਨਾ ਕਿਤੇ। ਪਟਿਆਲੇ ਦੇ ਵਿੱਚ ਬਦਮਾਸ਼ੀ ਬੜੀ ਮਸ਼ਹੂਰ ਸੀ ਪਟਿਆਲੇ ਦੀ, ਪਟਿਆਲੇ 'ਚ ਲੜਾਈਆਂ ਝਗੜੇ ਬਹੁਤ ਹੁੰਦੇ ਸੀ, ਛੁਰੀਬਾਜ਼ੀ ਬਹੁਤ ਹੁੰਦੀ ਸੀ ਪਟਿਆਲੇ ਦੇ ਵਿੱਚ। ਤਾਂ ਇਹਨਾਂ ਚੀਜ਼ਾਂ ਤੋਂ ਪਰਮਾਤਮਾ ਨੇ ਬਚਾ ਲਿਆ। ਮੇਰਾ ਇੱਕ ਦੋਸਤ ਸੀ, ਉਹ ਨਹੀਂ ਰਿਹਾ ਇਸ ਦੁਨੀਆ 'ਤੇ, ਉਹ ਬੜਾ ਅੰਦਰ ਚਲਾ ਗਿਆ ਸੀ, ਅੰਦਰ ਤੱਕ ਚਲਾ ਗਿਆ ਸੀ ਇਸ ਕੰਮ ਦੇ। ਅਤੇ ਅਸੀਂ ਬੜਾ ਕਹਿੰਦੇ ਸੀ ਨਿਕਲਿਆ ਨਿਕਲਿਆ, ਪਰ ਇਹਦਾ ਅੰਜਾਮ ਮਾੜਾ ਹੀ ਆ ਨਿਕਲਿਆ। ਇਹ ਵਾਹਿਗੁਰੂ ਨੇ ਕੱਢਤੇ, ਇੱਕ ਕੀੜਾ ਸੀਗਾ ਇਸ ਫੀਲਡ 'ਚ ਆਉਣ ਦਾ, ਉਹ ਸ਼ਾਇਦ ਇਸ ਚੀਜ਼ 'ਚੋਂ ਬਾਹਰ ਲਿਆ ਕੱਢ ਕੇ। ਇੱਕ ਬਾਈ ਹੋਰ ਚੀਜ਼ ਹੁੰਦੀ ਹੈ ਨਾ, ਕਈ ਵਾਰ ਜ਼ਿੰਮੇਵਾਰੀ ਹੋਰ ਬਾਈ ਵੱਧ ਜਾਂਦੀ ਹੈ, ਕਿਉਂਕਿ ਹੁਣ ਤਾਂ ਮਾਨ ਸਾਹਿਬ ਵੀ ਹੁਣ ਚਲੋ ਆਪਣੇ ਮਿੱਤਰ ਆ,
ਜਾਂ ਇੰਡਸਟਰੀ 'ਚ ਹੋਰ ਵੀ ਚਲੋ ਜਿਹੜੇ ਪੋਲੀਟੀਕਲ ਲੀਡਰਸ ਆ, ਕਿਉਂਕਿ ਮੈਨੂੰ ਲੱਗਦਾ ਕਿ ਤੁਹਾਡੇ ਨਾਲ ਸਪੈਸ਼ਲੀ ਗੱਲ ਕਰ ਰਿਹਾ ਕਿਉਂਕਿ ਤੁਸੀਂ ਤਾਂ ਯਾਰ ਪੁਰਾਣਾ ਜੁੜੇ ਹੋਏ ਉਹਨਾਂ ਨਾਲ, ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਆ ਵੀ ਰਾਦਰ ਦੈਨ ਕਿਤੇ ਤੁਹਾਡੇ ਅਦਰ ਔਨ ਦਾ ਅਦਰ ਸਾਈਡ ਪੋਲੀਟੀਸ਼ੀਅਨਸ ਨਾਲ ਵੀ ਰਿਲੇਸ਼ਨ ਹੈਗੇ, ਉਸ ਚੀਜ਼ ਨੂੰ ਵੀ ਬੈਲੈਂਸ ਕਰਕੇ ਚੱਲਣਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ। ਮੈਂ ਕਹਿ ਰਿਹਾ ਕਿ ਮੈਂ ਕਦੇ ਰਿਲੇਸ਼ਨ ਬਣਾਉਣ 'ਚ ਰਿਲੇਸ਼ਨ ਬਣਾਉਣ ਵਾਲਾ ਬੰਦਾ ਹੀ ਨਹੀਂ ਹੈਗਾ, ਮੈਨੂੰ ਤਾਂ ਜੇ ਕੋਈ ਮਿਲ ਗਿਆ ਸਾਹਮਣੇ ਸਤਿ ਸ਼੍ਰੀ ਅਕਾਲ ਬੁਲਾਤੀ, ਹਾਂਜੀ ਮੇਰੇ ਤੋਂ ਚਾਫਲੂਸੀ ਹੁੰਦੀ ਨਹੀਂ ਹੈਗੀ, ਕੋਈ ਵੀ ਹੋਵੇ ਕਿਸੇ ਵੀ ਮੁਕਾਮ 'ਤੇ ਹੋਵੇ, ਜੇ ਕੋਈ ਮੇਰੀ ਰਿਸਪੈਕਟ ਕਰੂਗਾ ਰਿਸਪੈਕਟ ਨਾਲ ਬੁਲਾਊਗਾ ਆਪਾਂ ਬਹੁਤ ਪਿਆਰ ਨਾਲ ਬੋਲਾਂਗੇ, ਨਹੀਂ ਬੰਦਾ ਕਿਸੇ ਵੀ ਅਹੁਦੇ 'ਤੇ ਕਿਸੇ ਵੀ ਮੁਕਾਮ 'ਤੇ ਹੈ ਆਪਾਂ ਰਿਸਪੈਕਟ ਕਰਦੇ ਹਾਂ, ਵਿਸ਼ ਕਰ ਦਾਂਗੇ ਸਤਿ ਸ਼੍ਰੀ ਅਕਾਲ, ਉਹ ਤੋਂ ਬਾਅਦ ਵੀ ਇਹ ਬੰਦਾ ਫਲਾਣਾ ਮੰਤਰੀ ਆ ਫਲਾਣਾ ਹੋਇਆ ਵੀ ਇਹਦੇ ਨੇੜੇ ਬਹਿ ਜਾਓ, ਇਹਦੇ ਗੋਡੇ ਘੁੱਟ ਲਓ, ਕੰਮ ਆਪਣੇ ਤੋਂ ਨਹੀਂ ਹੁੰਦਾ ਭਰਾ, ਆਪਾਂ ਤਾਂ ਗੁਰੂ ਤੋਂ ਮੰਗੀਦਾ ਜੋ ਮੰਗੀਦਾ, ਵਾਹਿਗੁਰੂ ਤੋਂ ਨਾ ਕਦੇ ਕਿੱਦਾਂ ਮਾੜਾ ਕਰੀਦਾ, ਨਾ ਕਦੇ ਗਲਤ ਕੰਮਾਂ 'ਚ, ਆਪਣਾ ਕੰਮ ਕਰਦੇ ਹਾਂ ਕੈਮਰੇ ਸਾਹਮਣੇ, ਕੈ ਕੰਮ ਕਰਕੇ ਆਪਣੇ ਘਰ ਚਲੇ ਜਾਈਦਾ, ਹੈ ਨਾ ਯਾਰ ਦੋਸਤ ਛੋਟਾ ਜਿਹਾ ਸਰਕਲ ਆ ਉਹਨਾਂ 'ਚ ਹੱਸ ਖੇਡ ਲਈਦਾ, ਬਟ ਆਹ ਚੀਜ਼ਾਂ ਨਹੀਂ ਹੁੰਦੀਆਂ ਆਪਣੇ ਤੋਂ। ਮੈਂ ਤਾਂ ਇੰਡਸਟਰੀ 'ਚ ਵੀ ਜੇ ਤੁਸੀਂ ਕਹੋਗੇ ਮੈਂ ਬਹੁਤ ਘੱਟ ਵਿਚਰਦਾ, ਤੁਸੀਂ ਮੈਨੂੰ ਦੇਖਿਆ ਨਹੀਂ ਹੋਊਗਾ, ਮੈਂ ਪਟਿਆਲੇ ਰਹਿਣਾ, ਮੈਂ ਕਦੇ ਨਹੀਂ ਆਇਆ ਇੱਥੇ ਫਾਲਤੂ ਚੰਡੀਗੜ੍ਹ, ਜਾਂ ਮੈਂ ਇੱਥੇ ਘਰ ਲੈ ਲਿਆ ਹੋਵੇ ਜਾਂ ਮੈਂ ਰਹਿੰਦਾ ਹੋਵਾਂ, ਮੈਂ ਆਪਣੀ ਅਲੱਗ ਦੁਨੀਆ 'ਚ ਰਹਿੰਦਾ, ਮੈਂ ਆਪਣੇ ਪਿੰਡ ਰਹਿੰਦਾ, ਠੀਕ ਆ ਉਨੀ ਕੁ ਦੁਨੀਆ, ਹਰ ਇੱਕ ਇਨਸਾਨ ਦਾ ਆਪਣਾ ਆਪਣਾ ਸਟਾਈਲ ਹੁੰਦਾ ਲਾਈਫ ਦਾ ਜੀਣ ਦਾ, ਕਈਆਂ ਨੂੰ ਬਹੁਤ ਸਾਰੇ ਲੋਕਾਂ 'ਚ ਰਹਿ ਕੇ ਅਲੱਗ ਤਰ੍ਹਾਂ ਰਹਿ ਕੇ ਖੁਸ਼ ਹੁੰਦੇ ਨੇ, ਮੈਂ ਇੱਕ ਅਲੱਗ ਤਰ੍ਹਾਂ ਤਰੀਕੇ ਨਾਲ ਰਹਿ ਕੇ ਖੁਸ਼ ਹਾਂ। ਇਹ ਚੀਜ਼ ਬਿਲੀਵ ਕਰਦੇ ਹੋ ਕਿ ਜੋ ਰੱਬ ਤੋਂ ਮੰਗਿਆ ਤੁਸੀਂ ਰੱਬ ਨੇ ਤੁਹਾਨੂੰ ਦਿੱਤਾ ਦੇਵ ਬਾਈ, ਜਾਂ ਕੋਈ ਸ਼ਿਕਵਾ ਕੋਈ ਕਿਸ ਚੀਜ਼ ਦਾ ਹੈਗਾ ਆ ਕਿ ਇਹ ਚੀਜ਼ ਦਾ ਮੈਨੂੰ ਮੇਰੀ ਹਿੱਸੇ ਨਹੀਂ ਆਈ? ਬਹੁਤ ਸ਼ੁਕਰਾਨਾ ਉਸ ਵਾਹਿਗੁਰੂ ਦਾ, ਬਹੁਤ ਲੱਖ ਲੱਖ ਵਾਰ, ਜਿੰਨਾ ਕਰੀਏ ਉਨਾ ਘੱਟ। ਵੀਰੇ ਕਦੇ ਨਹੀਂ ਸੋਚਿਆ ਸੀਗਾ, ਇਹ ਸਾਡਾ ਡ੍ਰੀਮ ਸੀਗਾ ਮੇਰਾ ਇੱਥੇ ਆਉਣ ਦਾ ਕਿ ਮੈਂ ਇੱਥੇ ਤੱਕ ਆਉਣਾ, ਵਾਹਿਗੁਰੂ ਨੇ ਦਿੱਤਾ, ਮੰਗਿਆ ਉਹ ਤਾਂ ਉਹਨੇ ਦਿੱਤਾ। ਤਰਸੇ ਹਰ ਬੰਦਾ ਤਰਸਦਾ ਇੱਕ ਟਾਈਮ 'ਤੇ, ਮੈਂ ਦੱਸਿਆ ਹੀ ਆ ਸਾਰਿਆਂ ਨੂੰ ਸਟੋਰੀਆਂ, ਕਿਉਂ ਨਹੀਂ ਤਰਸੇ? ਜਦੋਂ ਤੱਕ ਤੁਸੀਂ ਕਿਸੇ ਚੀਜ਼ ਨੂੰ ਪਾਉਣ ਲਈ ਤਰਸਦੇ ਨਹੀਂ, ਤੁਸੀਂ ਪਾ ਨਹੀਂ ਸਕਦੇ, ਮਿਹਨਤ ਹੀ ਤਾਂ ਕਰੋਗੇ। ਤੁਹਾਡਾ ਏਮ ਹੈ ਜਿਹੜਾ ਉਹ ਸਰ ਕਰਨ ਦੇ ਲਈ ਤੁਹਾਨੂੰ ਪਰਮਾਤਮਾ ਦਾ ਤੁਹਾਡੇ ਸਿਰ 'ਤੇ ਹੱਥ ਹੋਣਾ ਬਹੁਤ ਜ਼ਰੂਰੀ ਹੈ। ਉਸ ਚੀਜ਼ ਦਾ ਦੁੱਖ ਲੱਗਦਾ ਕਿ ਜਦੋਂ ਲੋਕ ਤੁਹਾਡੇ ਇਸ ਕੰਮ ਨੂੰ ਨਹੀਂ ਆਪਣੇ ਤਰੀਕੇ ਨਾਲ ਸਮਝਦੇ ਹੈਗੇ, ਨਹੀਂ ਤੁਹਾਡੀ ਮਿਹਨਤ ਦੇਖਦੇ ਹੈਗੇ, ਨਹੀਂ ਤੁਹਾਡਾ ਸਟਰਗਲ ਦੇਖਦੇ ਹੈਗੇ, ਤਾਂ ਬਿਨਾਂ ਗੱਲਾਂ ਤੋਂ ਉਹ ਜਦੋਂ ਬੋਲਦੇ ਆ ਕੁਛ ਵੀ, ਮੈਨੂੰ ਲੱਗਦਾ ਲੋਕ ਨਾ ਬਿਨਾਂ ਸੋਚੇ ਸਮਝੇ ਬਹੁਤ ਕੁਛ ਬੋਲਦੇ ਆ, ਲੋਕ ਨਾ ਸਮਝਦੇ ਨਹੀਂ, ਸੁਣਦੇ ਨਹੀਂ, ਪਿੱਛੇ ਨਹੀਂ ਜਾਂਦੇ, ਉਹ ਤੁਹਾਡਾ ਅੱਜ ਚੱਕ ਲੈਂਦੇ ਆ ਕਿ ਯਾਰ ਅੱਜ ਦੇ ਵਿੱਚ ਆਹ ਹੋ ਗਿਆ, ਫਲਾਣਾ ਹੋ ਗਿਆ, ਧਮਕਾ ਹੋ ਗਿਆ। ਮੈਨੂੰ ਲੱਗਦਾ ਤੁਹਾਨੂੰ ਨਾ ਇਹਨਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਜਿਵੇਂ ਮੈਂ ਤੁਹਾਨੂੰ ਕਹਾਣੀ ਸੁਣਾ ਕੇ ਹਟਿਆ ਹੁਣੇ, ਬੋਲੀ ਜਾਣ ਦਿਉ, ਕੰਮ ਹੈ, ਡਿਊਟੀ ਲਾਈ ਪਰਮਾਤਮਾ ਨੇ ਇਹਨਾਂ ਦੀ, ਜਾਂ ਇਹ ਪਰਮਾਤਮਾ ਨੂੰ ਨਹੀਂ ਸਮਝਦੇ, ਸ਼ਾਇਦ ਇਹ ਹੋ ਸਕਦਾ। ਤੁਹਾਨੂੰ ਚਾਹੁਣ ਵਾਲੇ ਕਿੰਨੇ ਨੇ, ਤੁਹਾਨੂੰ ਪਿਆਰ ਕਰਨ ਵਾਲੇ ਕਿੰਨੇ ਨੇ? ਤੁਸੀਂ ਜੇ ਇੱਕ ਫੋਟੋ ਪਾਉਂਦੇ ਹੋ ਜਾਂ ਇੱਕ ਕਲਿੱਪ ਪਾਉਂਦੇ ਹੋ, ਉਹਦੇ ਪਿੱਛੇ 3 ਜਾਂ 4 ਕਮੈਂਟ ਨੈਗੇਟਿਵ ਹੋਣਗੇ ਵੱਧ ਤੋਂ ਵੱਧ, ਉਹ 4 ਲੋਕਾਂ ਲਈ ਜਿਹੜੇ ਹਜ਼ਾਰਾਂ ਕਮੈਂਟ ਨੇ, ਹਜ਼ਾਰਾਂ ਪਿਆਰ ਲਵ ਯੂ ਕਹਿ ਰਹੇ ਨੇ, ਸਾਡਾ ਬਾਈ ਸਾਡੀ ਜਾਨ ਉਹ ਕਹਿ ਰਹੇ ਨੇ, ਉਹਨਾਂ ਲਈ ਕੰਮ ਕਰਨਾ ਨਾ ਤੁਸੀਂ ਤਾਂ। ਮੈਂ ਨਾ ਇੱਕ ਚੀਜ਼ ਨਾ ਐਮੀ ਬਾਈ ਨਾਲ ਡਿਸਕਸ ਕੀਤੀ ਸੀਗੀ ਜਦੋਂ ਮੌੜ ਆਈ ਸੀਗੀ, ਮੈਂ ਐਮੀ ਬਾਈ ਨੂੰ ਡਾਇਰੈਕਟ ਪੁੱਛਿਆ, ਮੈਂ ਕਿਹਾ ਐਮੀ ਬਾਈ ਤੁਹਾਡੇ ਕਿਰਦਾਰ ਨੂੰ ਇੰਨਾ ਪਸੰਦ ਨਹੀਂ ਕੀਤਾ ਗਿਆ ਜਿੰਨਾ ਲੋਕਾਂ ਨੇ ਦੇਵ ਨੂੰ ਪਸੰਦ ਕਰਤਾ, ਅਤੇ ਐਮੀ ਬਾਈ ਨੇ ਸ਼ਰੇਆਮ ਮਰ ਕੇ, ਬਾਈ ਬਹੁਤ ਘੱਟ ਇੱਦਾਂ ਦੇ ਕਲਾਕਾਰ ਹੁੰਦੇ ਆ ਜਿਹੜੇ ਇੱਕ ਫਿਲਮ 'ਚ ਜੇ ਦੋ ਹੀਰੋ ਹੋਣ ਤਾਂ ਦੂਜਾ ਦਾ ਪੱਖ ਲੈਂਦੇ ਆ, ਤਾਂ ਐਮੀ ਬਾਈ ਨੇ ਸ਼ਰੇਆਮ ਗਿਆ ਸੀਗਾ, ਕਹਿੰਦੇ ਵੀ ਦੇਵ ਨੇ ਬਹੁਤ ਮਿਹਨਤ ਕੀਤੀ ਆ, ਕਹਿੰਦੇ ਮੇਰੇ 'ਚ ਕੋਈ ਨਾ ਵਾਧਾ ਘੱਟ ਰਹਿ ਗਿਆ ਹੋਊਗਾ, ਲੋਕਾਂ ਨਹੀਂ ਪਸੰਦ ਆ, ਅਗਲੇ 'ਚ ਹੋਰ ਮਿਹਨਤ ਕੰਮ ਕਰ ਲਾਂਗੇ। ਪਰ ਮੈਨੂੰ ਦੇਵ ਦਾ ਕੰਮ ਬਹੁਤ ਸੋਹਣਾ ਲੱਗਿਆ, ਮੈਨੂੰ ਚੰਗਾ ਲੱਗਿਆ ਕਿ ਦੇਵ ਨੂੰ ਲੋਕਾਂ ਨੇ ਬਹੁਤ ਸੋਹਣਾ ਐਪਰੀਸ਼ੀਏਟ ਕੀਤਾ। ਇਹ ਐਮੀ ਬਾਈ ਦਾ ਬੜੱਪਣ ਹੈ, ਐਮੀ ਬਾਈ ਦਾ ਤਾਂ ਮੈਂ ਇੱਕ ਹੋਰ ਤੁਹਾਨੂੰ ਗੱਲ ਅੱਜ ਦੱਸਦਾ ਕਿ ਬਹੁਤ ਦੇਰ ਤੋਂ ਐਮੀ ਬਾਈ ਨਾਲ ਮੇਰੀ ਗੱਲ ਨਹੀਂ ਸੀ ਹੋਈ, ਬਲੈਕਿਆ 2 ਜਦੋਂ ਆਈ ਸੀ ਐਮੀ ਬਾਈ ਦੀ ਮੈਨੂੰ ਆਪ ਕਾਲ ਆਈ ਕਿ ਦੇਵ ਮੈਂ ਯਾਰ ਤੈਨੂੰ ਗਾਣਾ ਦੇਣਾ ਤੇਰੀ ਫਿਲਮ ਲਈ, ਸੋ ਇਹ ਤੋਂ ਵੱਡੀ ਗੱਲ ਨਹੀਂ ਹੋ ਸਕਦੀ, ਹੈ ਨਾ। ਹੁਣ ਅਸੀਂ ਬਾਈ ਦਾ ਗਾਣਾ ਇਹਦੇ ਵਿੱਚ ਲਿਆ ਗਾਂਧੀ ਦੇ ਵਿੱਚ, ਖੜਕਦੀਆਂ ਕਿਰਪਾਨਾਂ, ਬਹੁਤ ਐਪਰੀਸ਼ੀਏਟ ਹੋ ਰਿਹਾ, ਸੋ ਮੈਂ ਥੈਂਕਸ ਕਰਨਾ ਚਾਹੁੰਦਾ ਐਮੀ ਬਾਈ ਦਾ ਕਿ ਉਹਨਾਂ ਨੇ ਐਡਾ ਵੱਡਾ ਉਹ ਗੱਲ ਕੀਤੀ। ਉਹ ਗੱਲ ਮੈਂ ਹੋਰ ਵੀ ਆਪਣੇ ਸਰਕਲ 'ਚ ਬਹੁਤ ਸਾਰੇ ਬੰਦਿਆਂ ਨੂੰ ਦੱਸੀ, ਸੋ ਬਹੁਤ ਘੱਟ ਲੋਕ ਨੇ ਜਿਹੜੇ ਸਪੋਰਟ ਕਰਦੇ ਆ। ਆ ਹੁਣ ਯਾਰ ਤੇਰੇ ਜ਼ਰੀਏ ਕਹਿਣਾ ਸੀ ਬੀਪ ਰੈਕ ਦਾ ਗਾਣਾ ਲਿਆ, ਉਹ ਬੀਪ ਰੈਕ ਨੇ ਜਮਾਂ ਪ੍ਰਮੋਟ ਨਹੀਂ ਕੀਤਾ, ਪੈਸੇ ਲੈ ਗਿਆ ਥੱਬਾ,
ਮੈਂ ਸਿੱਧੀ ਗੱਲ ਕਰਦਾ, ਇੱਕ ਰੀਲ ਕਈ ਪਾਉਣ ਨੂੰ ਫਾਰਮੈਲਿਟੀ ਵਾਲੀ ਪਾਤੀ। ਇਹ ਕਹਿਣਾ ਚਾਹੁੰਦਾ ਵੀਰੇ ਇਹ ਦਿਨ ਸਦਾ ਨਹੀਂ ਰਹਿਣੇ, ਇਹ ਉਤਾਰ ਚੜ੍ਹਾਅ ਕਦੋਂ ਉੱਪਰ। ਸੁਖਵਿੰਦਰ ਐਡਾ ਸਿੰਗਰ ਹੈ, ਇੰਨੇ ਹੰਬਲ ਲੋਕ ਨੇ, ਇੰਨੇ ਡਾਊਨ ਟੂ ਅਰਥ ਨੇ, ਤੁਸੀਂ ਤੁਹਾਡਾ ਗਾਣਾ ਤੁਸੀਂ ਗਾਇਆ, ਉਹਨੂੰ ਪ੍ਰਮੋਟ ਤਾਂ ਕਰ ਦਿਓ। ਹਾਲਾਂਕਿ ਤੁਸੀਂ ਇਹ ਦੇਖੋ ਕਿ ਐਮੀ ਬਾਈ ਦਾ, ਜੇ ਹੁਣ ਤੁਸੀਂ ਗ੍ਰਾਫ ਕੱਢੀਏ ਤਾਂ ਦੋ ਬਾਲੀਵੁੱਡ ਦੀਆਂ ਸੁਪਰ ਹਿੱਟ ਫਿਲਮਾਂ 'ਚ ਵਧੀਆ ਰੋਲ ਬਾਈ ਦਾ ਹੈਗਾ ਆ, ਬੈਡ ਨਿਊਜ਼ ਅਤੇ ਖੇਲ ਖੇਲ ਮੇਂ। ਉਹਦੇ ਬਾਵਜੂਦ ਵੀ ਉਹਨੇ ਆਪਣਾ ਯਾਰੀ ਲਾ ਲਓ ਜਾਂ ਪੰਜਾਬ ਦਾ ਸਿਨੇਮਾ ਦਾ, ਲੋਕਾਂ ਨੇ ਇੰਨੀਆਂ ਗਾਲਾਂ ਕੱਢ ਲਈਆਂ, ਇੰਨਾ ਕੁਛ ਬੋਲ ਲਿਆ ਉਸ ਬੰਦੇ ਨੂੰ, ਉਹ ਬੰਦੇ ਨੇ ਜਵਾਬ ਦਿੱਤਾ ਆਪਣੇ ਕੰਮ ਨਾਲ। ਅੱਜ ਉਹ ਬਾਲੀਵੁੱਡ ਦੀਆਂ ਮੇਨ ਸਟ੍ਰੀਮ ਫਿਲਮਾਂ 'ਚ ਕੰਮ ਕਰ ਰਿਹਾ, ਮੇਨ ਮੇਨ ਲੀਡ ਦੇ ਵਿੱਚ ਕੰਮ ਕਰ ਰਿਹਾ, ਔਰ ਉਹ ਬੰਦੇ ਕੋਲ ਹੋਰ ਵੀ ਨੇ, ਬਾਰਡਰ ਵੀ ਹੈ, ਹੋਰ ਵੀ ਕੰਮ ਹੈ। ਦਲਜੀਤ ਬਾਈ ਨੂੰ ਇੰਨਾ ਕੁਛ ਬੋਲ ਲਿਆ, ਉਹ ਬੰਦਾ ਕਿੱਥੇ ਪਹੁੰਚ ਗਿਆ। ਇਹਨਾਂ ਦਾ ਕੰਮ ਹੈ ਬੋਲਣਾ। ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ, ਜਿਨ੍ਹਾਂ ਨੇ ਬੋਲਣਾ, ਜਿਨ੍ਹਾਂ ਨੂੰ ਸਮਝ ਨਹੀਂ ਹੈਗੀ, ਉਹੀ ਲੋਕ ਬੋਲਦੇ ਆ। ਇੰਟਲੈਕਚੁਅਲ ਪੜ੍ਹਿਆ ਲਿਖਿਆ ਸਮਝਦਾਰ ਬੰਦਾ ਕਦੇ ਨਹੀਂ ਬੋਲਦਾ, ਕਦੇ ਨਹੀਂ ਬੋਲਦਾ, ਹੈ ਨਾ। ਮੈਨੂੰ ਕਿਸੇ ਦਾ ਖੌਫ ਥੋੜ੍ਹੀ ਹੈ, ਮੈਂ ਹੁਣ ਬੀਪ੍ਰੈਕ ਦੀ ਗੱਲ ਕੀਤੀ ਹੈ, ਮੈਂ ਕਹਿ ਰਿਹਾ ਯਾਰ ਜੇ ਮੈਨੂੰ ਕਿਸੇ ਨੇ ਪੈਸੇ ਦਿੱਤੇ ਨੇ, ਮੈਂ ਜਿਹੜੇ ਮਰਜ਼ੀ ਮੁਕਾਮ 'ਤੇ ਹੋਵਾਂ, ਮੈਂ ਜੇ ਉਹ ਬੰਦੇ ਨੇ ਜੋ ਕਮਿਟਮੈਂਟ ਕੀਤੀ ਉਹ 'ਤੇ ਖਰਾ ਨਾ ਉਤਰਾਂ, ਫਿਰ ਤਹਿਜਾਂ ਤਾਂ ਤੁਸੀਂ ਪਹਿਲਾਂ ਕਹਿ ਦਿਓ ਭਾਈ ਮੈਂ ਪ੍ਰਮੋਟ ਨਹੀਂ ਕਰੂੰਗਾ, ਮੈਂ ਗਾਊਂਗਾ ਸਿਰਫ, ਇਹ ਕੰਮ ਨਹੀਂ ਕਰੂੰਗਾ। ਇਹ ਤਾਂ ਬਾਈ ਜੀ ਦਿਨ ਨੇ, ਅੱਜ ਚੜ੍ਹਾਈ ਹੈਗੀ, ਕੱਲ੍ਹ ਨੂੰ ਪਰਮਾਤਮਾ ਨੇ ਕੋਈ ਵੀ ਨਹੀਂ ਸਦਾ ਸਟਾਰ ਬਣ ਕੇ ਰਿਹਾ, ਆਉਣਾ ਤਾਂ ਥੱਲੇ ਹੀ ਪੈਂਦਾ। ਇੱਕ ਮੁਕਾਮ ਦੇਖ ਰਿਹਾ, ਦਲਜੀਤ ਬਾਈ ਨੇ ਕੌਂਸਰਟ ਦਾ ਤਾਮਝਾਮ ਕੀਤਾ ਸੀਗਾ, ਹੁਣ ਇਹ ਕਰਨ ਔਜਲਾ ਦੇਖ ਲਓ ਤੁਸੀਂ ਹੰਬਲਨੈਸ ਦੇਖੀਏ ਦਲਜੀਤ ਬਾਈ ਦੀ। ਸਿੱਖਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਸਿੱਖਣਾ, ਮੈਂ ਤਾਂ ਬਹੁਤ ਕੁਛ ਸਿੱਖਦਾ। ਸੋ ਉਸ ਮੁਕਾਮ 'ਤੇ ਪਹੁੰਚ ਕੇ ਇੰਨਾ ਹੰਬਲ, ਇੰਨਾ ਪਿਆਰ ਸਤਿਕਾਰ ਲੋਕਾਂ ਲਈ, ਸਿੱਖਣਾ ਚਾਹੀਦਾ ਸਾਨੂੰ ਸਾਰਿਆਂ ਨੂੰ, ਸਿੱਖਣਾ ਚਾਹੀਦਾ ਇਸ ਚੀਜ਼ ਤੋਂ। ਮੈਨੂੰ ਓਬਜ਼ਰਵ ਪਤਾ ਕੀ ਹੋ ਰਿਹਾ, ਕਿਉਂਕਿ ਮੈਂ ਚੰਗੀਆਂ ਗੱਲਾਂ ਬਾਈ ਤਾਂ ਕੀਤੀਆਂ ਵੀ, ਇੱਕ ਤਾਂ ਜਦੋਂ ਤੁਸੀਂ ਇਹ ਇੰਟਰਵਿਊ ਛੱਡ ਕੇ ਜਾਓਗੇ ਨਾ, ਮੈਂ ਚਾਹੁੰਦਾ ਕਿ ਯਾਰ ਕੋਈ ਵੀ ਇਨਸਾਨ, ਕੋਈ ਵੀ ਕਲਾਕਾਰ ਜੇ ਬੈਠਾ ਹੋਵੇ ਨਾ, ਜੇ ਉਹ ਜਾਵੇ ਉਹਦੀ ਪਿੱਠ ਹੋਵੇ ਨਾ, ਤਾਂ ਇਹ ਜ਼ਰੂਰ ਆਪਣੇ ਦਿਲ 'ਚ ਸੋਚੇ ਕਿ ਯਾਰ ਵੀ ਮੈਂ ਇੱਕ ਵਧੀਆ ਗੱਲ ਕਰਕੇ ਆਇਆ, ਮੈਂ ਇੱਕ ਵਧੀਆ ਕੁਛ ਦਿਲ ਦੀ ਭਾਵਨਾ ਸ਼ੇਅਰ ਕਰਕੇ। ਔਰ ਮੈਂ ਨਹੀਂ ਕਿਹਾ ਸੀਗਾ ਮੇਰੇ ਪ੍ਰੋਡਿਊਸਰਾਂ ਨੂੰ ਕਿਤੇ ਵੀ ਕਿ ਵੀ ਬਾਈ ਬੀ ਪ੍ਰੈਕ ਦਾ ਗਾਣਾ ਲਓ, ਵੀ ਇਹੀ ਜ਼ਰੂਰੀ ਹੈ, ਮੈਨੂੰ ਚਾਹੀਦਾ, ਨਹੀਂ, ਇਹ ਸਾਡੇ ਪ੍ਰੋਡਿਊਸਰਾਂ ਦੀ ਉਹ ਸੀਗੀ ਕਿ ਲੈਣਾ। ਮੈਂ ਉਹਨਾਂ ਨੂੰ ਕਿਹਾ ਸੀਗਾ ਵੀਤ ਬਲਜੀਤ ਚੱਲਦਾ ਆਪਣੇ ਨਾਲ, ਆਪਣੀ ਆਡੀਅੰਸ ਦੂਜੀ ਹੈ, ਆਪਣਾ ਤਾਂ ਵੀਤ ਬਲਜੀਤ ਬਾਈ ਵਾਲੇ ਨੇ ਸਾਰੇ, ਸੀਟੀਆਂ ਤਾੜੀਆਂ ਚੀਕਾਂ ਮਾਰਨ ਵਾਲੇ। ਮੈਂ ਕਿਹਾ ਇਹ ਹਿੰਦੀ ਹੁੰਦੀ ਵਾਲੇ ਪਾਸੇ ਠੀਕ ਆ, ਕੰਮ ਨਾ ਲਓ ਤੁਸੀਂ, ਮੰਨੇ ਨਹੀਂ ਹੈਗੇ, ਸਿੱਧੀ ਜੀ ਗੱਲ ਹੈ। ਸਾਡੇ ਤਾਂ ਵੀਰੇ ਦੇਸੀ ਚੱਲਦੇ ਆ ਸਾਰੇ, ਹਿੱਕ ਅਤੇ ਜ਼ੋਰ 'ਤੇ ਗਾਉਣ ਵਾਲੇ ਜਿਹੜੇ ਆ, ਫਾੜਦੇ ਆ ਸਪੀਕਰ, ਮੈਨੂੰ ਪਸੰਦ ਲੱਗਦੀ। ਜਿਵੇਂ ਨਿੰਜਾ ਬਾਈ ਸਰਾ ਗਾਉਂਦਾ, ਐਮੀ ਬਾਈ ਉਹ ਗਾਉਂਦਾ, ਦੇਖ ਗੁਲਾਬ ਸਿੱਧੂ, ਦੇਖ ਗੁਲਾਬ ਸਿੱਧੂ ਕਿੱਥੇ ਗਾਉਂਦਾ, ਹੈ ਨਾ। ਸੋ ਇਹੋ ਜਿਹੇ ਸਾਡੇ ਤਾਂ ਵੀਰੇ ਹਿੰਮਤ ਸੰਧੂ ਦੇਖ ਲਓ, ਪਾੜਦਾ ਪੂਰੇ ਸਪੀਕਰ ਪਾੜਨ ਵਾਲੇ ਕਰ ਦਿੰਦਾ, ਹੈ ਨਾ। ਇਹੋ ਜਿਹੇ ਚੱਲਦੇ ਆ ਸਾਡੇ। ਮੈਂ ਕਿਹਾ ਤੁਹਾਡੀ ਮਰਜ਼ੀ ਹੈ, ਹੁਣ ਕਹਿੰਦੇ ਪ੍ਰਮੋਟ ਨਹੀਂ ਕੀਤਾ, ਮੈਂ ਕਿਹਾ ਹੁਣ ਨਹੀਂ ਕੀਤਾ ਫਿਰ ਹੁਣ ਕਰਾ ਲਓ। ਨਹੀਂ ਬਾਈ ਦੇਵ ਬਾਈ, ਮੈਨੂੰ ਇਹ ਗੱਲ ਕਰਕੇ ਬਹੁਤ ਵਧੀਆ ਲੱਗਿਆ, ਐਂਡ ਆਈ ਵਿਸ਼ ਕਿ ਤੁਹਾਡੀ ਯਾਰ ਇਹ ਫਿਲਮ, ਐਂਡ ਤੁਸੀਂ ਜਿੱਦਾਂ ਦੇ ਹੈਗੇ ਹੋ ਨਾ, ਬਹੁਤ ਘੈਂਟ। ਮੈਂ ਹੀ ਰਹਿਣਾ ਬਾਈ, ਮੇਰੇ ਤਾਂ ਜੋ ਇੱਥੇ ਹੈ ਨਾ ਉਹੀ ਜ਼ੁਬਾਨ 'ਤੇ ਹੈ। ਆਪਾਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਕਿ ਇਹ ਜ਼ਿੰਦਗੀ ਜਿੰਨੀ ਕੁ ਜੀ ਕੇ ਜਾਓ ਨਾ, ਇਹ ਉਹ ਤੁਹਾਡਾ ਸਿਰ ਜਦੋਂ ਤੁਸੀਂ ਬੈਠੋ ਸ਼ੀਸ਼ੇ 'ਚ, ਅੱਖਾਂ ਮਿਲਾ ਕੇ ਗੱਲ ਕਰ ਸਕੋਗੇ ਯਾਰ ਵੀ ਆਪਣੇ ਆਪਣੇ ਤਰੀਕੇ ਨਾਲ ਜੀਆਂ, ਕਦੇ ਕਿਤੇ ਨੁਕਸਾਨ ਨਹੀਂ ਕੀਤਾ, ਕਦੇ ਕੋਈ ਸਾਡੀ ਕਬੌੜ ਨਹੀਂ ਛੱਡੀ, ਕੋਈ ਝੂਠ ਨਹੀਂ ਮਾਰਿਆ। ਆਪਣਾ ਤਾਂ ਇਹ ਹੁੰਦਾ ਕਿ ਜੇ ਪਰਮਾਤਮਾ ਨੇ ਤੁਹਾਨੂੰ ਇੱਥੇ ਤੱਕ ਲਿਆਂਦਾ, ਜੇ ਤੁਸੀਂ ਕਿਸੇ ਦੀ ਹੈਲਪ ਕਰ ਸਕਦੇ ਹੋ ਕਰੋ, ਸਾਰੇ ਕਰੋ। ਕਿਸੇ ਵੀ ਤੁਸੀਂ ਕਿਤੇ ਵੀ ਹੈਗੇ ਹੋ, ਕਿਸੇ ਨੂੰ ਖੁਸ਼ੀ ਦੇਣੀ ਇਸ ਤੋਂ ਵੱਡਾ, ਕਿਸੇ ਨੂੰ ਕਿਸੇ ਵੀ ਕੰਮ 'ਚ ਹੈਲਪ ਕਰ ਦੇਣੀ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ। ਬਾਈ ਫਿਲਹਾਲ ਇਹ ਮੁਲਾਕਾਤ ਬਹੁਤ ਸੋਹਣੀ ਰਹੀ। ਆਈ ਵਿਸ਼ ਕਿ ਗਾਂਧੀ ਆਉਂਦਾ ਰਹੇ ਅਤੇ ਛਾਉਂਦਾ ਰਹੇ, ਕਿਉਂਕਿ ਜਿਵੇਂ ਤੁਸੀਂ ਕਿਹਾ ਨਾ ਕਿ ਤੁਹਾਡੇ ਕੋਲ ਸਕ੍ਰਿਪਟਾਂ ਦੀ ਕਮੀ ਨਹੀਂ ਹੈਗੀ, ਗਾਂਧੀ ਬਣਦੀ ਰਹੂਗੀ, ਤਾਂ ਮੈਂ ਚਾਹੁੰਦਾ ਬਾਈ ਕਿ ਬਣੀ ਇੰਨੀ ਹਿੱਟ ਹੋਵੇ, ਗਾਂਧੀ 4-5 ਵੀ ਬਣਾਵਾਂਗੇ, ਤੁਸੀਂ ਪਿਆਰ ਤੋਂ ਦੇਖਦੇ ਰਹੋ। ਥੈਂਕ ਯੂ ਸੋ ਮਚ ਦੇਵੀ, ਥੈਂਕ ਯੂ ਵੀਰੇ, ਥੈਂਕ ਯੂ।